ਅੱਛਾ, ਪਰ ਪਾਰਟੀ ਦੇ ਉੱਤੇ ਕਾਫੀ ਐਲੀਗੇਸ਼ਨ ਵੀ ਲੱਗੇ ਹੋਏ ਆ ਵੀ ਜਿੱਦਾਂ ਆਪਾਂ ਬੇਅਦਬੀਆਂ ਦੀ ਗੱਲ ਕਰ ਲਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗੱਲ ਕਰ ਲਈਏ, ਕਾਫੀ ਲੋਕ ਇਸ ਚੀਜ਼ ਨੂੰ ਲੈ ਕੇ ਪਾਰਟੀ ਤੋਂ ਪਿੱਛੇ ਵੀ ਹਟੇ ਆ, ਉਹਨਾਂ ਨੂੰ ਤੁਸੀਂ ਕਿਵੇਂ ਕਲੀਅਰ ਕਰੋ? ਗੱਲ ਪੁਆਧੀ ਮਾਝੇ ਮਾਲਵੇ ਦੁਆਬੇ ਦੀਆਂ ਗੱਲਾਂ ਹੁੰਦੀਆਂ। ਹਾਂ ਬਿਲਕੁਲ, ਪੁਆਧ ਥੋੜਾ ਜਿਹਾ ਪਿੱਛੇ ਰਹਿ ਜਾਂਦਾ। ਪਿੱਛੇ ਰਹਿ ਜਾਂਦਾ। ਇਹੀ ਮੈਂ ਇਸੇ ਗੱਲ 'ਤੇ ਆਉਣਾ ਚਾਹੁੰਦਾ ਸੀਗਾ, ਜਿੱਦਾਂ ਤੁਸੀਂ ਦੱਸਿਆ ਵੀ ਅਸੀਂ ਆਮ ਲੋਕਾਂ 'ਚੋਂ ਨਿਕਲੇ, ਹੈ ਨਾ, ਜ਼ਮੀਨੀ ਪੱਧਰ ਤੋਂ ਉੱਠ ਕੇ ਤੁਹਾਨੂੰ MLA ਦੀ ਸੀਟ ਤੱਕ ਦਿੱਤੀ ਗਈ, ਅਤੇ ਐਸਾ ਫਿਰ ਕੀ ਹੋਇਆ ਵੀ ਜਿਹੜਾ ਤੁਹਾਨੂੰ ਇਹਨਾਂ ਲੋਕਾਂ ਦਾ ਪਿਆਰ ਮਿਲ ਰਿਹਾ ਸੀਗਾ, ਉਹ ਅਚਾਨਕ ਹਵਾ ਦਾ ਰੁੱਖ ਕਿੱਦਾਂ ਬਦਲ? ਉਸ ਸਮੇਂ ਇੱਕ ਸੁਨਾਮੀ ਸੀਗੀ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀਗਾ। ਉਸ ਸਮੇਂ ਸਾਡੇ CM ਸਾਹਿਬ ਮਾਨਯੋਗ ਭਗਵੰਤ ਮਾਨ ਜੀ ਦੀ ਹਰੇਕ ਗੱਲ ਇਹ ਲੱਗਦੀ ਸੀਗੀ, ਲੋਕ ਇੱਕੋ ਗੱਲ 'ਤੇ ਆ ਗਏ ਵੀ ਬਦਲਾਅ ਨੂੰ ਵੋਟ ਪਾਉਣੀ ਹੈ ਜੀ, ਇਹ ਤਾਂ ਜੀ ਜਿਹੜੀਆਂ ਰਵਾਇਤੀ ਪਾਰਟੀਆਂ ਇਹਨਾਂ ਨੂੰ ਭਜਾਉਣਾ ਜੀ, ਇੱਕ ਗੱਲ ਜਹਿਨ 'ਚ ਬੈਠ ਗਈ ਲੋਕਾਂ ਦੇ। 2800 ਕਰੋੜ ਰੁਪਏ ਦੇ ਲਗਭਗ ਮੋਹਾਲੀ ਸ਼ਹਿਰ 'ਚ ਇੱਕਦਮ ਲੱਗਿਆ, ਭਾਵੇਂ ਉਹ ਇੰਟਰਨੈਸ਼ਨਲ ਏਅਰਪੋਰਟ ਲਾ ਲਓ, ਮਾਈ ਭਾਗੋ ਇੰਸਟੀਚਿਊਟ ਲਾ ਲਓ, ਨਾਈਪਰ, ਆਈਸਰ, ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਮੈਰੀਟੋਰੀਅਲ ਸਕੂਲ ਹੋ ਗਏ, ਉਸ ਤੋਂ ਬਾਅਦ ਇਨਡੋਰ ਸਟੇਡੀਅਮ ਹੋ ਗਏ, AC ਬੱਸ ਸਟੈਂਡ ਹੋ ਗਏ, ਅਤੇ ਹੋਰ ਤਾਂ ਹੋਰ ਜਿਹੜਾ ਸਾਡਾ ਇਹ ਕੰਪਲੈਕਸ ਹੈ ਜੁਡੀਸ਼ਲੀ ਕੰਪਲੈਕਸ ਜਿਹਦੇ 'ਚ DC, SSP, ਜੱਜ ਸਾਹਿਬਾਨ ਬੈਠਦੇ ਆ, ਉੱਥੇ ਵੀ ਕਰੋੜਾਂ ਰੁਪਇਆ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਲਾਇਆ। ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ, ਬਦਲਾਅ ਆਇਆ ਪੰਜਾਬ ਦੇ ਵਿੱਚ? ਤੁਸੀਂ ਆਮ ਲੋਕਾਂ ਦਾ ਵੀ ਪੁੱਛੋ, ਸਭ ਤੋਂ ਪਹਿਲਾ ਮੁੱਦਾ ਸੀਗਾ ਇਹਨਾਂ ਦਾ ਵੀ ਅਸੀਂ ਸਿਕਿਉਰਟੀ ਨਹੀਂ ਲਵਾਂਗੇ। ਅੱਜ ਇਹ ਲਾਓ ਵੀ ਤੁਸੀਂ ਮੇਰੇ ਖਿਆਲ ਨਾਲ ਜਿੰਨੀ ਅੱਜ CM ਸਾਹਿਬ ਕੋਲ, ਜਿੰਨੀ ਇਹਨਾਂ ਦੇ MLA ਸਾਹਿਬਾਨ ਕੋਲ, ਇੰਨੀ ਸਿਕਿਉਰਟੀ ਤਾਂ ਮੇਰੇ ਖਿਆਲ ਨਾਲ ਕਦੇ ਜ਼ਿੰਦਗੀ 'ਚ ਕਿਸੇ MLA ਨੂੰ ਨਹੀਂ ਮਿਲੀ ਹੋਣੀ, ਕਿਸੇ ਵਜ਼ੀਰ ਨੂੰ ਨਹੀਂ ਮਿਲੀ ਹੋਣੀ, ਕਿਸੇ ਮੁੱਖ ਮੰਤਰੀ ਨੂੰ ਨਹੀਂ ਮਿਲੀ ਹੋਣੀ। ਪੁਰਾਣਾ ਰਿਕਾਰਡ ਕੱਢ ਲਓ, ਉਹਨਾਂ ਨੂੰ ਚੌਧਰ ਚਾਹੀਦੀ ਸੀਗੀ। ਕੁਛ ਸਾਡੇ ਵਾਲੇ ਵੀ ਫਿਰ ਲੱਗ ਗਏ ਯਾਰ ਵੀ ਪਤਾ ਨਹੀਂ ਵੀ ਮੈਂ ਵੀ ਯਾਰ ਪਤਾ ਨਹੀਂ ਹੁਣ ਕਿਹੜੀ ਉਹਦਾ ਚੇਅਰਮੈਨ ਲੱਗ ਜੂਗਾ ਜਾਂ ਮੇਰਾ ਹੀ ਮੁੰਡਾ ਭਰਤੀ ਹੋ ਜੂਗਾ ਪੁਲਿਸ 'ਚ। ਜਿਨ੍ਹਾਂ ਦਾ ਜਿਸ ਪਾਰਟੀ ਦਾ ਦਿਲ ਵੀ ਪੰਜਾਬੀ ਹੈ, ਦਿਮਾਗ ਵੀ ਪੰਜਾਬੀ ਹੈ, ਔਰ ਪੰਜਾਬ ਤੋਂ ਬਾਹਰ ਸਾਡਾ ਕੋਈ ਲੈਣਾ ਦੇਣਾ ਨਹੀਂ, ਸਾਡਾ ਜੀਣਾ ਮਰਨਾ ਪੰਜਾਬ, ਇਹ ਬਿਲਕੁਲ ਕਲੀਅਰ। ਅਤੇ ਤੁਹਾਨੂੰ ਇਹ ਵੀ ਲੱਗਦਾ ਵੀ ਇਹੀ ਕਾਰਨ ਬਣੇ ਸੀ ਵੀ ਜਿਹੜਾ ਗੱਠਜੋੜ ਕੇਂਦਰ ਦੀ ਸਰਕਾਰ ਨਾਲ ਟੁੱਟਿਆ? ਬਿਲਕੁਲ ਜੀ, ਇਹਦਾ ਸ਼੍ਰੈਮ ਹੋਇਆ, ਗੱਠਜੋੜ ਅਸੀਂ ਤੋੜਿਆ। ਅੱਛਾ, ਇੱਕ ਵਾਰ ਫਿਰ ਤੋਂ ਆਪਾਂ ਜ਼ਿਕਰ ਕਰ ਰਹੇ ਸੀ ਗੱਠਜੋੜ ਦਾ, ਹੈ ਨਾ, ਇੱਕ ਵਾਰ ਫਿਰ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਵੀ ਭਾਜਪਾ ਦੇ ਨਾਲ ਜਿਹੜਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦਾ ਹੋ ਸਕਦਾ। ਤੁਸੀਂ ਤਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਜਾਂਦੇ ਹੋ, ਅਤੇ ਮੈਨੂੰ ਹੁਣ ਪਤਾ ਲੱਗਿਆ ਸੀਗਾ ਤੁਸੀਂ ਅੱਜ ਵੀ ਇੱਕ ਮੀਟਿੰਗ 'ਤੇ ਜਾ ਰਹੇ ਹੋ, ਇਸ ਕਿਆਸ ਰਾਈਆਂ ਦੇ ਉੱਤੇ ਕੀ ਕਹਿਣਾ ਚਾਹੋ? ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀਜ਼, ਅਤੇ ਮੈਂ ਹਾਂ ਪਰਮਿੰਦਰ ਸਿੰਘ। ਦੋਸਤੋ, ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਕਰਕੇ ਲਗਾਤਾਰ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਗਰਮਾਈ ਹੋਈ ਨਜ਼ਰ ਆ ਰਹੀ ਹੈ। ਵੱਖ ਵੱਖ ਪਾਰਟੀਆਂ ਦੇ ਵੱਡੇ ਚਿਹਰੇ ਜਿਹੜੇ ਨੇ ਉਹ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ, ਉਹਨਾਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪਰ ਪੰਜਾਬ ਦੇ ਕੁਝ ਅਜਿਹੇ ਮੁੱਦੇ ਨੇ ਜਿਹੜੇ ਕਿ ਇਸ ਸਿਆਸੀ ਮਾਹੌਲ ਕਰਕੇ ਕਿਤੇ ਨਾ ਕਿਤੇ ਦੱਬੇ ਹੋਏ ਨਜ਼ਰ ਆ ਰਹੇ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇਸ ਵਕਤ ਸਟੈਂਡ ਕੀ ਹੈ, ਕਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਵਿੱਚ ਉਤਰੇਗੀ, ਤਮਾਮ ਵੱਡੇ ਸਵਾਲਾਂ ਦੇ ਉੱਤੇ ਜਵਾਬ ਜਾਣਨ ਵਾਸਤੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਿਹੜੇ ਨੇ ਪਰਮਿੰਦਰ ਸਿੰਘ ਸੋਹਾਣਾ, ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਵੈਸੇ ਤਾਂ ਇਹਨਾਂ ਦਾ ਨਾਮ ਪਰਵਿੰਦਰ ਸਿੰਘ ਬੈਦਵਾਨ ਹੈ, ਪਰ ਇਲਾਕਾ ਵਾਸੀਆਂ ਦੇ ਇਹਨਾਂ ਨੂੰ ਇੰਨਾ ਪਿਆਰ ਮਿਲਿਆ ਕਿ ਇਹਨਾਂ ਦਾ ਨਾਮ ਫਿਰ ਪਰਵਿੰਦਰ ਸਿੰਘ ਸੋਹਾਣਾ ਹੋ ਗਿਆ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਵਿਚਾਰ ਚਰਚਾ ਸ਼ੁਰੂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿ ਫਤਿਹ ਜੀ। ਵਾਹਿਗੁਰੂ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਤੁਹਾਡੇ ਦਰਸ਼ਕਾਂ ਦਾ, ਜਿਹੜਾ ਤੁਸੀਂ ਸਮਾਂ ਕੱਢ ਕੇ ਅੱਜ ਸਾਡੇ ਕੋਲ ਆਏ। ਸੋ ਵੈਦਵਾਨ ਸਾਹਿਬ, ਜੇਕਰ ਗੱਲ ਕਰੀਏ ਆਪਾਂ ਤੁਹਾਡੇ ਸਿਆਸੀ ਸਫ਼ਰ ਦੀ, ਤਾਂ ਸੁਣਨ ਦੇ ਵਿੱਚ ਆਇਆ ਵੀ ਤੁਸੀਂ ਬੜਾ ਜ਼ਮੀਨੀ ਪੱਧਰ ਤੋਂ, ਹੈ ਨਾ, ਆਪਣਾ ਜਿਹੜਾ ਸਿਆਸੀ ਸਫ਼ਰ ਉਹ ਸ਼ੁਰੂ ਕੀਤਾ, ਇੱਕ ਵਾਰ ਅਸੀਂ ਉਹਦੇ 'ਤੇ ਝਾਤ ਪਾਉਣੀ ਚਾਹਾਂਗੇ। ਬਿਲਕੁਲ ਜੀ, ਮੈਂ 2007 ਦੇ ਵਿੱਚ ਮੇਰੇ ਪਿਤਾ ਜੀ
ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਅਚਾਨਕ ਮੌਤ ਹੋ ਗਈ ਹਾਰਟ ਅਟੈਕ ਨਾਲ। ਉਸ ਤੋਂ ਬਾਅਦ 2008 ਦੇ ਵਿੱਚ ਮੈਂ ਰਾਜਨੀਤੀ ਦੇ ਵਿੱਚ ਦਾਖਲ ਹੋਇਆ। 2008 ਦੇ ਵਿੱਚ ਪੰਚਾਂ 'ਚੋਂ ਸਰਪੰਚ ਬਣਦੇ ਸੀਗੇ। ਪਹਿਲਾਂ ਮੈਂ ਪਿੰਡ ਸੁਹਾਣੇ ਦਾ ਪੰਚ ਬਣਿਆ, ਫਿਰ 11 ਪੰਚਾਂ ਨੇ ਮੈਨੂੰ ਸਹਿਮਤੀ ਨਾਲ ਸਰਪੰਚ ਬਣਾਇਆ। ਅਤੇ ਉਸ ਸਮੇਂ ਸਾਡੇ ਇੱਥੋਂ ਦੀ ਬਾਗਡੋਰ ਮਰਹੂਮ ਕੈਪਟਨ ਕਮਲਜੀਤ ਸਿੰਘ ਜੀ ਜਿਹੜੇ ਕਿ ਸਹਿਕਾਰਤਾ ਮੰਤਰੀ ਸਨ ਉਸ ਸਮੇਂ, ਅਤੇ ਉਸ ਤੋਂ ਪਹਿਲਾਂ ਉਹ ਬਹੁਤ ਵੱਡਾ ਚਿਹਰਾ ਸਨ, ਖਜ਼ਾਨਾ ਮੰਤਰੀ ਵੀ ਰਹੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ। ਤਾਂ 2009 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਇੱਕ ਸੜਕ ਹਾਦਸੇ 'ਚ। ਪਿੰਡ ਵਾਸੀਆਂ ਨਾਲ ਬੜੇ ਵਾਅਦੇ ਵੀ ਕੀਤੇ ਹੋਏ ਸੀਗੇ ਵੀ ਜਦੋਂ ਮੈਂ ਸਰਪੰਚ ਬਣ ਗਿਆ ਪਿੰਡ 'ਚ ਸੀਵਰੇਜ ਵੀ ਪਾਵਾਂਗੇ, ਪਿੰਡ 'ਚ ਗਲੀਆਂ ਵੀ ਬਣਾਵਾਂਗੇ, ਪਿੰਡ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ। ਜ਼ਿੰਮੇਵਾਰੀ ਦੁੱਗਣੀ ਹੋ ਗਈ, ਬਾਹਲੀ ਜ਼ਿੰਮੇਵਾਰੀ ਹੋ ਗਈ ਜੀ, ਕਿਉਂਕਿ ਸਾਡੇ ਪਿੰਡ ਦਾ ਇਹ ਰਿਹਾ ਜੇ ਸਰਪੰਚ ਅਕਾਲੀ ਦਲ ਦਾ ਤਾਂ ਗੌਰਮੈਂਟ ਕਾਂਗਰਸ ਦੀ, ਜਦੋਂ ਗੌਰਮੈਂਟ ਕਾਂਗਰਸ ਦੀ ਆ ਗਈ ਫਿਰ ਸਰਪੰਚ ਕਰੀ ਟਕਰਾਅ ਚੱਲਦਾ ਰਿਹਾ। ਅਤੇ ਉਸ ਕਾਰਨ ਪਿੰਡ ਦੀ ਡਿਵੈਲਪਮੈਂਟ 'ਤੇ ਬੜਾ ਅਸਰ ਪਿਆ ਕਿ ਡਿਵੈਲਪਮੈਂਟ ਹੋ ਨਹੀਂ ਸਕੀ ਸੀਗੀ। ਤਾਂ ਉਹਨਾਂ ਦੀ ਮੌਤ 'ਤੇ ਬੜਾ ਅਸਹਿ ਅਤੇ ਕਹਿ ਸਦਮਾ ਸਾਨੂੰ ਇਹ ਹੋ ਗਿਆ ਵੀ ਹੁਣ ਕਿੱਦਾਂ ਡਿਵੈਲਪਮੈਂਟ ਕਰਾਂਗੇ, ਵੀ ਵਾਅਦੇ ਕੀਤੇ ਹੋਏ ਹੈ। ਮੇਰੇ ਮਾਤਾ ਜੀ ਉਸੇ ਸਮੇਂ ਦੌਰਾਨ ਬਲੋਕ ਸਮਿਤੀ ਦੇ ਮੈਂਬਰ ਬਣੇ, ਮੈਂ ਸਰਪੰਚ ਬਣ ਗਿਆ, ਉਹ ਬਲੋਕ ਸਮਿਤੀ ਦੇ ਮੈਂਬਰ ਬਣੇ ਉਸੇ ਟਾਈਮ, ਲੋਕਾਂ ਨੇ ਬੜਾ ਬਹੁਮਤ ਨਾਲ ਜਿਤਾਇਆ। ਤਾਂ ਉਸ ਤੋਂ ਬਾਅਦ ਸਾਡੇ ਇਸ ਹਲਕੇ ਦੇ ਵਿੱਚ ਸ਼੍ਰੀ ਐਨ ਕੇ ਸ਼ਰਮਾ ਜੀ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਲਾਇਆ, ਅਸੀਂ ਬਾਦਲ ਸਾਹਿਬ ਨੂੰ ਮਿਲੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਨੂੰ ਮਿਲੇ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਐਂ ਕਰੋ ਵੀ ਸਾਰੇ ਐਸਟੀਮੇਟ ਬਣਾਓ। ਅਤੇ 15 ਤੋਂ 18 ਕਰੋੜ ਰੁਪਈਆ ਉਸ ਸਮੇਂ ਅਸੀਂ ਪਿੰਡ ਦੇ ਵਿੱਚ ਲਾਇਆ, ਕੰਪਲੀਟ ਸੀਵਰੇਜ, ਸੜਕਾਂ, ਗਲੀਆਂ, ਨਾਲੀਆਂ, ਸਟਰੀਟ ਲਾਈਟਾਂ, ਵੀ ਇੰਨੀ ਡਿਵੈਲਪਮੈਂਟ ਕਰਾਈ ਵੀ ਅੱਜ ਲੋਕ ਉਸ ਗੱਲ ਨੂੰ ਅੱਜ ਵੀ ਯਾਦ ਕਰਦੇ ਆ, ਔਰ ਉਸਦਾ ਹਮੇਸ਼ਾ ਹੀ ਮਾਣ ਸਤਿਕਾਰ ਨਗਰ ਦੇ ਲੋਕਾਂ ਵੱਲੋਂ ਮੈਨੂੰ ਮਿਲਿਆ ਵੀ ਹੈ। ਅਤੇ ਸੋ ਕਹਿਣ ਤੋਂ ਭਾਵ ਇਹ ਵੀ ਕੰਮ ਕਰਨ ਵਾਲਾ। ਅੱਛਾ, ਦੂਜੀ ਗੱਲ, ਮੈਂ ਉਸ ਤੋਂ ਬਾਅਦ 2013 ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਬਣ ਗਿਆ। ਸਾਡੇ ਇੱਥੇ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਹਲਕਾ ਇੰਚਾਰਜ ਸੀਗੇ, ਉਹ ਕਹਿੰਦੇ ਵੀ ਤੈਨੂੰ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਾਉਣੀ ਹੈ। ਅਤੇ ਜ਼ਿਲ੍ਹਾ ਪਰਿਸ਼ਦ ਚਲੋ ਮੈਂਬਰ ਬਣਿਆ, ਉਸ ਤੋਂ ਬਾਅਦ ਸਾਡੇ ਜਿਹੜੀ ਚੇਅਰਮੈਨੀ ਸੀਗੀ ਉਹ ਹੋ ਗਈ ਜ਼ਿਲ੍ਹਾ ਪਰਿਸ਼ਦ ਲੇਡੀਜ਼ ਰਿਜ਼ਰਵ। ਓਕੇ। ਅਤੇ ਸਾਡੇ ਜਥੇਦਾਰ ਉਜਾਗਰ ਸਿੰਘ ਜੀ ਬਡਾਲੀ ਸਾਹਿਬ MLA ਸੀਗੇ ਨਾਲ ਦੇ ਹਲਕੇ ਖਰੜ ਤੋਂ, ਉਹਨਾਂ ਦੀ ਬੇਟੀ ਚੇਅਰਮੈਨ ਬਣ ਗਏ, ਅਤੇ ਮੈਂ ਫਿਰ ਮੈਂਬਰ ਬਣਿਆ, ਪਲਾਨਿੰਗ ਬੋਰਡ ਦਾ ਮੈਂਬਰ ਰਿਹਾ। ਉਸ ਤੋਂ ਬਾਅਦ 2015 ਦੇ ਵਿੱਚ ਸਾਡੇ ਇੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਆ ਗਈਆਂ। ਮੈਨੂੰ ਸਾਡੇ ਉਸ ਸਮੇਂ ਦੇ ਇੰਚਾਰਜ ਰਾਮੂਵਾਲੇ ਸਾਹਿਬ ਕਹਿੰਦੇ ਵੀ ਕਾਕਾ ਜੀ ਇਹ ਚੋਣ ਵੀ ਤੈਨੂੰ ਲੜਨੀ ਪੈਣੀ। ਅਤੇ ਮੈਂ ਰਿਜ਼ਾਇਨ ਕੀਤਾ ਜ਼ਿਲ੍ਹਾ ਪਰਿਸ਼ਦ ਤੋਂ, ਔਰ ਕੌਂਸਲਰ ਦੀ ਚੋਣ ਲੜੀ ਔਰ ਕੌਂਸਲਰ ਜਿੱਤਿਆ। ਓਕੇ। ਅਤੇ ਉਹ ਜਿੱਤਣ ਤੋਂ ਬਾਅਦ ਫਿਰ ਸਾਡੇ ਜਿਹੜਾ ਇੱਥੇ ਮੇਅਰ ਸਾਹਿਬ ਸੀਗੇ ਉਹ ਕੁਲਵੰਤ ਸਿੰਘ ਜੀ ਜਿਹੜੇ ਕਿ ਅੱਜ ਆਮ ਆਦਮੀ ਤੋਂ MLA ਹੈ, ਉਹ ਉਸ ਸਮੇਂ ਮੇਅਰ ਬਣੇ। ਫਿਰ ਅਕਾਲੀ ਦਲ 'ਚ ਸੀਗੇ, ਅਕਾਲੀ ਦਲ 'ਚ ਆ ਗਏ ਸੀਗੇ, ਆਜ਼ਾਦ ਗਰੁੱਪ ਬਣਾ ਕੇ ਜਿੱਤੇ ਉਹ। ਅਤੇ ਸਾਡੇ ਕੋਲ 23 ਕੌਂਸਲਰ ਸੀਗੇ ਅਤੇ 7-8 ਦੇ ਕਰੀਬ ਕੁਲਵੰਤ ਸਿੰਘ ਜੀ ਕੋਲ ਸੀਗੇ, ਬਾਕੀ ਕਾਂਗਰਸ ਨਾਲ ਸੀਗੇ। ਅਤੇ ਬਲਵੀਰ ਸਿੰਘ ਸਿੱਧੂ ਉਹਨਾਂ ਨੇ, ਕਾਂਗਰਸ ਨੇ ਇਹਨਾਂ ਨੂੰ ਸਮਰਥਨ ਦੇ ਤਾ, ਉਹਨਾਂ ਨੇ ਆਪਣਾ ਸੀਨੀਅਰ ਡਿਪਟੀ ਮੇਅਰ ਬਣਾ ਲਿਆ। ਅਤੇ ਉਸ ਕਾਰਨ ਇਹ ਜਿਹੜੀ ਸਾਡੀ ਚੋਣ ਵੀ ਉਸ ਸਮੇਂ ਜਦੋਂ ਮੇਅਰ ਉਹ ਬਣ ਗਏ, ਉਸ ਤੋਂ ਜਿਹੜੀ
ਉਸ ਕਾਰਨ ਅਸੀਂ ਮੇਅਰ ਬਣਨ ਤੋਂ ਵੀ ਰਹਿ ਗਏ। ਸੋ ਸਮੇਂ ਸਮੇਂ 'ਤੇ ਬਹੁਤ ਗੱਲਾਂ ਹੋਈਆਂ ਅਤੇ ਬਹੁਤ, ਕਿਉਂਕਿ ਰਾਜਨੀਤੀ ਦੇ ਵਿੱਚ ਰਹਿਣਾ ਤਾਂ ਬਿਲਕੁਲ, ਦੇਖੋ ਇੱਕ ਸਰਪੰਚ ਐਮ ਸੀ ਨਹੀਂ ਬਣਿਆ ਹੋਣਾ ਮੇਰੇ ਖਿਆਲ ਨਾਲ, ਸਰਪੰਚ ਐਮ ਸੀ ਲੜ ਕੇ ਫਿਰ ਐਮ ਐਲ ਏ ਮੈਂ ਲੜਿਆ, ਠੀਕ ਹੈ, ਹਰੇਕ ਪੌੜੀ ਭਾਵੇਂ ਉਹ ਪੰਚਾਇਤੀ ਰਾਜ ਦੀ ਹੈ ਭਾਵੇਂ ਉਹ ਲੋਕਲ ਬੋਡੀ ਦੀ ਹੈ, ਉਹ ਮੈਂ ਤੁਸੀਂ ਆਮ ਲੋਕਾਂ ਦੇ ਵਿੱਚੋਂ ਨਿਕਲੇ ਹੋਏ ਇੱਕ ਨੁਮਾਇੰਦੇ ਹੋ। ਬਿਲਕੁਲ ਜੀ, ਮੈਂ ਤਾਂ ਇੱਕ ਆਮ ਸਧਾਰਨ ਪਰਿਵਾਰ 'ਚੋਂ ਹੈ ਔਰ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਐਮ ਐਲ ਏ ਦੀ ਚੋਣ ਲੜਾਂਗੇ। ਮੇਰੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਸਾਹਿਬ ਬਿਕਰਮ ਸਿੰਘ ਮਜੀਠੀਆ ਸਾਹਿਬ ਔਰ ਸਾਰੀ ਟੀਮ, ਸਾਰੀ ਸਾਡੀ ਜਿਹੜੀ ਕੋਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ, ਮੈਂ ਉਹਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਣੇ ਨੂੰ ਮਾਣ ਬਖਸ਼ਿਆ ਅਤੇ ਇੱਕ ਆਮ ਸਧਾਰਨ ਘਰਾਂ ਦੇ, ਉਹ ਵੀ ਮੇਰੇ ਅੱਜ ਮੇਰੀ 42 ਸਾਲ ਉਮਰ ਹੈ, ਮੈਂ 40 ਸਾਲ ਦੀ ਉਮਰ ਦੇ ਵਿੱਚ ਚੋਣ ਲੜੀ। ਸੋ ਅੱਛਾ, ਇੱਕ ਬੜੀ ਪਵਿੰਦਰ ਜੀ ਗੱਲ ਦੇਖਣ ਵਾਲੀ ਮਿਲੀ ਵੀ ਜ਼ਿਆਦਾਤਰ ਆਪਾਂ ਦੇਖਦੇ ਹਾਂ ਮਾਝਾ, ਮਾਲਵਾ, ਦੁਆਬਾ, ਹੈ ਨਾ, ਇਹਨਾਂ ਇਲਾਕਿਆਂ ਦੇ ਜਿਹੜੇ ਉਮੀਦਵਾਰ ਹੁੰਦੇ ਆ ਉਹੀ ਜ਼ਿਆਦਾਤਰ ਜਿਹੜੇ ਐਲਾਨੇ ਜਾਂਦੇ ਆ। ਤੁਸੀਂ ਪੁਆਧ ਦੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਤੇ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਤੁਹਾਡੇ 'ਤੇ ਵਿਸ਼ਵਾਸ ਜਿਤਾਇਆ, ਤੁਹਾਨੂੰ ਉਮੀਦਵਾਰ ਬਣਾਇਆ ਸੀਗਾ, ਉਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਉਸ ਲਈ ਬਿਲਕੁਲ ਸਹੀ ਕੁਐਸਚਨ ਕੀਤਾ ਤੁਸੀਂ ਕਿ ਗੱਲ ਪੁਆਧ ਦੀ ਮਾਝੇ ਮਾਲਵੇ ਦੁਆਬੇ ਦੀਆਂ ਗੱਲਾਂ ਹੁੰਦੀਆਂ। ਹਾਂ ਬਿਲਕੁਲ, ਪੁਆਧ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦਾ, ਪਰ ਸਾਡੀ ਪਾਰਟੀ ਨੇ ਪੁਆਧ ਨੂੰ ਮਾਣ ਬਖਸ਼ਿਆ, ਭਾਵੇਂ ਉਹ ਐਨ ਕੇ ਸ਼ਰਮਾ ਜੀ ਐਮ ਐਲ ਏ ਰਹੇ, ਉਹ ਵੀ ਸਾਡੇ ਪੁਆਧ 'ਚੋਂ ਬਣੇ ਆਮ, ਉਹ ਵੀ ਲੋਹਗੜ੍ਹ ਪਿੰਡ ਦੇ ਸਰਪੰਚ ਸੀਗੇ, ਜਾਂ ਮੇਰੀ ਗੱਲ ਲਾ ਲਓ, ਅਤੇ ਬੜਾ ਪਾਰਟੀ ਨੇ ਇੱਕ ਮੈਂ ਕਹੂੰਗਾ ਵੀ ਵਿਸ਼ਵਾਸ ਵੀ ਕੀਤਾ ਔਰ ਆਸ ਔਰ ਉਮੀਦ ਵੀ ਕੀਤੀ ਕਿ ਸਾਡਾ ਜਿਹੜਾ ਪੁਆਧ ਦਾ ਏਰੀਆ ਵੀ ਇਹਦੇ 'ਚ ਪੁਆਧੀ ਬੰਦੇ ਨੂੰ ਆਪਾਂ ਅੱਗੇ ਲੈ ਕੇ ਆਈਏ, ਅਤੇ ਉਹ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਔਰ ਗੱਲ ਵੀ ਚੱਲੀ। ਪਰ ਪਿਛਲੇ ਸਮੇਂ ਦੌਰਾਨ ਜਿਹੜੀ ਇੱਕ ਮੈਂ ਕਹੂੰਗਾ ਲੋਕ ਤਾਂ ਕਹਿੰਦੇ ਨੇ ਵੀ ਇੱਕ ਹਵਾ ਸੀਗੀ, ਹਵਾ ਨਹੀਂ ਸੀਗੀ, ਸੁਨਾਮੀ ਸੀਗੀ। ਅੱਛਾ, ਮੈਂ ਇਹੀ ਮੈਂ ਇਸੇ ਗੱਲ 'ਤੇ ਆਉਣਾ ਚਾਹੁੰਦਾ ਸੀਗਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਅਸੀਂ ਆਮ ਲੋਕਾਂ 'ਚੋਂ ਨਿਕਲੇ, ਹੈ ਨਾ, ਜ਼ਮੀਨੀ ਪੱਧਰ ਤੋਂ ਉੱਠ ਕੇ ਤੁਹਾਨੂੰ ਐਮ ਐਲ ਏ ਦੀ ਸੀਟ ਤੱਕ ਦਿੱਤੀ ਗਈ, ਅਤੇ ਐਸਾ ਫਿਰ ਕੀ ਹੋਇਆ ਵੀ ਜਿਹੜਾ ਤੁਹਾਨੂੰ ਇੰਨਾ ਲੋਕਾਂ ਦਾ ਪਿਆਰ ਮਿਲ ਰਿਹਾ ਸੀਗਾ ਉਹ ਅਚਾਨਕ ਹਵਾ ਦਾ ਰੁੱਖ ਕਿੱਦਾਂ ਬਦਲ ਗਿਆ? ਦੇਖੋ, ਉਹ ਸਮੇਂ ਇੱਕ ਸੁਨਾਮੀ ਸੀਗੀ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀਗਾ। ਉਸ ਸਮੇਂ ਸਾਡੇ ਸੀ ਐਮ ਸਾਹਿਬ ਮਾਨਯੋਗ ਭਗਵੰਤ ਮਾਨ ਜੀ ਦੀ ਹਰੇਕ ਗੱਲ ਇਹ ਲੱਗਦੀ ਸੀਗੀ ਵੀ ਯਾਰ ਬਾਕੀ ਇਹੀ ਸੱਚਾ ਇਹੀ ਗੱਲ ਜੋ ਕਹਿ ਰਿਹਾ ਲੋਕ, ਮਤਲਬ ਬਦਲਾਵ ਦੇ ਚੱਕਰ, ਲੋਕ ਇੱਕੋ ਗੱਲ 'ਤੇ ਆ ਗਏ ਵੀ ਬਦਲਾਅ ਨੂੰ ਵੋਟ ਪਾਉਣੀ ਹੈ ਜੀ, ਇਹ ਤਾਂ ਜੀ ਜਿਹੜੀਆਂ ਰਵਾਇਤੀ ਪਾਰਟੀਆਂ ਇਹਨਾਂ ਨੂੰ ਭਜਾਉਣਾ ਜੀ, ਇੱਕ ਗੱਲ ਜਹਿਨ 'ਚ ਬੈਠ ਗਈ ਲੋਕਾਂ ਦੇ ਵੀ ਅਕਾਲੀ ਦਲ ਜੀ, ਕਾਂਗਰਸ ਜੀ ਵੀ ਇਹਨਾਂ ਨੇ ਕੁਛ ਨਹੀਂ ਕੀਤਾ। ਹਾਲਾਂਕਿ ਮੋਹਾਲੀ ਦੀ ਜਿੰਨੀ ਡਿਵੈਲਪਮੈਂਟ ਹੋਈ ਹੈ ਪੰਜਾਬ ਦੀ ਤਾਂ ਹੋਈ ਹੈ, ਕਰੀਬ ਕਰੀਬ 2800 ਕਰੋੜ ਰੁਪਏ ਦੇ ਲਗਭਗ ਮੋਹਾਲੀ ਸ਼ਹਿਰ 'ਚ ਇੱਕਦਮ ਲੱਗਿਆ, ਭਾਵੇਂ ਉਹ ਇੰਟਰਨੈਸ਼ਨਲ ਏਅਰਪੋਰਟ ਲਾ ਲਓ, ਬਿਲਕੁਲ ਮਾਈ ਭਾਗੋ ਇੰਸਟੀਚਿਊਟ ਲਾ ਲਓ, ਨਾਈਪਰ, ਆਈਸਰ, ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਮੈਰੀਟੋਰੀਅਸ ਸਕੂਲ ਹੋ ਗਏ, ਉਸ ਤੋਂ ਬਾਅਦ ਇਨਡੋਰ ਸਟੇਡੀਅਮ ਹੋ ਗਏ, ਏਸੀ ਬੱਸ ਸਟੈਂਡ ਹੋ ਗਏ, ਅਤੇ ਹੋਰ ਤਾਂ ਹੋਰ ਜਿਹੜਾ ਸਾਡਾ ਇਹ ਕੰਪਲੈਕਸ ਹੈ ਜੁਡੀਸ਼ਲੀ ਕੰਪਲੈਕਸ ਜਿਹਦੇ 'ਚ ਡੀ ਸੀ, ਐੱਸ ਐੱਸ ਪੀ, ਜੱਜ ਸਾਹਿਬਾਨ ਬੈਠਦੇ ਆ, ਉਹ 'ਤੇ ਵੀ ਕਰੋੜਾਂ ਰੁਪਇਆ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਲਾਇਆ, ਅੱਜ ਕਲੀ ਵੀ ਨਹੀਂ ਹੋਈ ਉਹਨਾਂ ਦੀ, ਤੁਸੀਂ ਜਾ ਕੇ ਹਾਲਤ ਦੇਖਿਓ। ਸੋ ਹਰੇਕ ਕੋਈ ਸੜਕ ਲਾ ਲਓ, ਜੋ ਵੀ ਇਸ ਸ਼ਹਿਰ ਦੀ ਡਿਵੈਲਪਮੈਂਟ ਹੋਈ ਹੈ ਜਾਂ ਇਸ ਇਲਾਕੇ ਦੀ ਡਿਵੈਲਪਮੈਂਟ ਹੋਈ ਹੈ, ਜਾਂ ਅੱਜ ਐਰੋ ਸਿਟੀ ਵਰਗੇ ਇੱਥੇ ਏਅਰਪੋਰਟ ਦੇ ਨੇੜੇ ਸੈਕਟਰ ਵਿਕਸਿਤ ਹੋਏ ਹੈ, ਐਟਰੋਪੋਲਿਸ਼, ਹੋਰ ਜਿੰਨੇ ਵੀ ਅੱਜ
ਉਹ ਸਾਰੀ ਪਲਾਨਿੰਗ ਸ਼੍ਰੋਮਣੀ ਅਕਾਲੀ ਦਲ ਦੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ, ਕਿ ਉਹਨਾਂ ਦਾ ਵਿਜ਼ਨ ਸੀਗਾ ਇੱਕ। ਸਾਡੇ ਇੱਥੇ ਨੇੜੇ ਹੈ ਅੱਜ ਇਸ 88-89 ਸੈਕਟਰ ਹੈ ਬਿਲਕੁਲ ਨਾਲ, ਉਹਦਾ ਨੋਟੀਫਿਕੇਸ਼ਨ ਹੋਇਆ ਹੋਇਆ ਸੀਗਾ ਜੀ ਮਹਾਰਾਜਾ ਸਾਹਿਬ ਦੀ ਸਰਕਾਰ ਦਾ, ਜਿਹੜੀ 2002-07 'ਚ ਆਈ ਸੀਗੀ। ਉਹ ਜ਼ਮੀਨ ਦਾ ਮਹਿਜ 12-13-14 ਲੱਖ ਰੁਪਈਆ ਏਕੜ ਮਿਲ ਰਿਹਾ ਸੀਗਾ ਜ਼ਿਮੀਂਦਾਰ ਨੂੰ। ਸਾਡੇ ਜ਼ਿਮੀਂਦਾਰ ਹਾਈਕੋਰਟ ਚਲੇ ਗਏ, ਹਾਈਕੋਰਟ ਤੋਂ ਬਾਅਦ ਉਹ ਸੁਪਰੀਮ ਕੋਰਟ ਚਲੇ ਗਏ, ਉਹ ਸੈਕਟਰ ਅਕੁਆਇਰ ਹੋਣ ਤੋਂ ਰੁਕ ਗਿਆ। ਤਾਂ ਬਾਦਲ ਸਾਹਿਬ 2007 ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਤਾਂ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਔਰ 9 ਔਰ 10 ਦੇ ਵਿੱਚ ਉਹ ਫੈਸਲਾ ਕਰਿਆ ਔਰ ਲੈਂਡ ਪੂਲਿੰਗ ਲਾਗੂ ਹੋਈ। ਇਹ ਸ਼ਹਿਰ ਤੋਂ ਲੈਂਡ ਪੂਲਿੰਗ ਜ਼ਮੀਨ ਜਿਹੜੀ ਸਕੀਮ ਹੈ ਲੋਕ ਆਪਣੇ ਜ਼ਿਮੀਂਦਾਰਾਂ ਵਾਸਤੇ, ਉਹ ਸਭ ਤੋਂ ਪਹਿਲਾਂ ਜਿਹੜੀ ਸੀਗੀ ਉਹ ਇੱਥੋਂ ਇਹ ਸ਼ਹਿਰ ਤੋਂ ਸ਼ੁਰੂ ਹੋਈ ਮੋਹਾਲੀ ਤੋਂ। ਅੱਜ ਉਹ ਏਕੜ 25-25-30-30 ਕਰੋੜ ਦਾ ਹੋ ਗਿਆ, ਨਹੀਂ 12-14-15 ਲੱਖ ਰੁਪਈਏ ਏਕੜ 'ਚ ਉਹ ਜ਼ਮੀਨ ਸਾਰੀ ਸਰਕਾਰ ਨੇ ਲੈ ਲੈਣੀ ਸੀਗੀ। ਪਰ ਬਾਦਲ ਸਾਹਿਬ ਦੀ ਸੋਚ, ਬਾਦਲ ਸਾਹਿਬ ਦਾ ਦਿਮਾਗ, ਬਾਦਲ ਸਾਹਿਬ ਦਾ ਦਿਲ, ਉਹ ਕਿਸਾਨ ਪ੍ਰਤੀ ਹਮੇਸ਼ਾ ਇਹ ਰਹਿੰਦਾ ਸੀਗਾ ਵੀ ਮੈਂ ਕਿਸਾਨਾਂ ਦਾ ਕੀ ਕਰ ਦੇਵਾਂ, ਮੈਂ ਕਿਸਾਨਾਂ ਹਰੇਕ ਗੱਲ ਸੁਣਨੀ, ਉਹਨਾਂ ਨੇ ਦਿਮਾਗ ਨਾਲ, ਸਲੀਕੇ ਨਾਲ, ਅਦਬ ਸਤਿਕਾਰ ਨਾਲ ਗੱਲ ਦਾ ਜਵਾਬ ਦੇਣਾ ਔਰ ਸੁਣਨੀ ਔਰ ਕਿਸੇ ਨਾ ਕਿਸੇ ਹੱਦ ਤੱਕ ਮਸਲਾ ਹੱਲ ਕਰਕੇ ਦੇਣਾ। ਸੋ ਬੜਾ ਇਸ ਹਲਕੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਦੇਣ ਹੈ। ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ, ਬਦਲਾਅ ਆਇਆ ਪੰਜਾਬ ਦੇ ਵਿੱਚ? ਦੇਖੋ ਮੇਰੇ ਕਹਿਣ ਦੀ ਤਾਂ, ਕਿਉਂਕਿ ਮੈਂ ਤਾਂ ਵਿਰੋਧੀ ਪਾਰਟੀ 'ਚ ਹੈ, ਤੁਸੀਂ ਆਮ ਲੋਕਾਂ ਦਾ ਵੀ ਪੁੱਛ ਲਓ। ਸਭ ਤੋਂ ਪਹਿਲਾ ਮੁੱਦਾ ਸੀਗਾ ਇਹਨਾਂ ਦਾ ਵੀ ਅਸੀਂ ਸਿਕਿਉਰਟੀ ਨਹੀਂ ਲਵਾਂਗੇ। ਅੱਜ ਇਹ ਲਾਓ ਵੀ ਤੁਸੀਂ, ਮੇਰੇ ਖਿਆਲ ਨਾਲ ਜਿੰਨੀ ਅੱਜ CM ਸਾਹਿਬ ਕੋਲ ਹੈ, ਜਿੰਨੀ ਇਹਨਾਂ ਦੇ MLA ਸਾਹਿਬਾਨ ਕੋਲ ਹੈ, ਇੰਨੀ ਸਿਕਿਉਰਟੀ ਤਾਂ ਮੇਰੇ ਖਿਆਲ ਨਾਲ ਕਦੇ ਜ਼ਿੰਦਗੀ 'ਚ ਕਿਸੇ MLA ਨੂੰ ਨਹੀਂ ਮਿਲੀ ਹੋਣੀ, ਕਿਸੇ ਵਜ਼ੀਰ ਨੂੰ ਨਹੀਂ ਮਿਲੀ ਹੋਣੀ, ਕਿਸੇ ਮੁੱਖ ਮੰਤਰੀ ਨੂੰ ਨਹੀਂ ਮਿਲੀ ਹੋਣੀ। ਪੁਰਾਣਾ ਰਿਕਾਰਡ ਕੱਢ ਲਓ। ਸਭ ਤੋਂ ਪਹਿਲਾਂ ਤਾਂ ਇਹ ਦੇਖੋ, ਇਸ 'ਚ ਸੁਧਾਰ ਕਰ ਲੈਂਦੇ। ਜੇ ਕੋਈ ਬਦਲਾਅ ਦੀ ਗੱਲ ਲੈ ਕੇ ਆਏ ਸੀਗੇ, ਇਹ ਸਾਡੇ ਪ੍ਰਧਾਨ ਜੀ ਨੂੰ ਕਹਿੰਦੇ ਸੀਗੇ ਵੀ ਜੇ ਤੁਹਾਨੂੰ ਇੰਨਾ ਡਰ ਲੱਗਦਾ ਮੁਰਗੀਖਾਨਾ ਖੋਲ ਲਓ। ਹੁਣ ਮਾਨ ਸਾਹਿਬ ਖੋਲ ਲੈਣ ਮੁਰਗੀਖਾਨਾ, ਠੀਕ ਹੈ ਨਾ। ਗੱਲ ਕਰਨ ਤੋਂ ਪਹਿਲਾਂ, ਗੱਲ ਕਹਿਣ ਤੋਂ ਪਹਿਲਾਂ ਪਹਿਲਾਂ ਸੋਚਣਾ ਚਾਹੀਦਾ ਵੀ ਜੇ ਮੈਂ ਗੱਲ ਕਹਿ ਰਿਹਾ ਕੱਲ੍ਹ ਨੂੰ ਮੇਰੇ ਨਾਲ ਹੋ ਗਈ, ਠੀਕ ਹੈ ਨਾ। ਔਰ ਇਹ ਜਿਹੜੀ ਤੀਜੀ ਧਿਰ ਆਈ ਇਹਨੇ ਬੜਾ, ਮੈਂ ਕਹਿੰਦਾ ਵੀ ਅੱਜ ਜੇ ਸਰਪੰਚ ਦੀ ਇੱਜ਼ਤ ਸੀਗੀ ਪਿੰਡ 'ਚ ਉਹ ਖਤਮ ਹੋ ਗਈ, ਕੋਈ ਨੰਬੜਦਾਰ ਸੀਗਾ ਉਹ ਨੰਬੜਦਾਰ ਦੀ ਇੱਜ਼ਤ ਖਤਮ ਹੋ ਗਈ। ਇਹਨਾਂ ਨੇ ਤਾਂ ਇਹ ਸੀਗਾ ਵੀ ਜਿਹੜੇ 2-4 ਜਿਹੜਿਆਂ ਨੂੰ ਕੋਈ ਪਿੰਡ 'ਚ ਨਹੀਂ ਪੁੱਛਦਾ ਸੀਗਾ ਉਹ ਇਹਨਾਂ ਦੇ ਲਾਨੇਦਾਰ ਬਣ ਗਏ, ਠੀਕ ਹੈ। ਉਹਨਾਂ ਨੂੰ ਚੌਧਰ ਚਾਹੀਦੀ ਸੀਗੀ, ਕੁਛ ਸਾਡੇ ਵਾਲੇ ਵੀ ਫਿਰ ਲੱਗ ਗਏ ਯਾਰ ਵੀ ਪਤਾ ਨਹੀਂ ਕਿਹੜਾ ਨਵਾਂ ਹੀ, ਸਾਨੂੰ ਵੀ ਸ਼ਾਇਦ ਵੀ ਮੈਂ ਵੀ ਯਾਰ ਪਤਾ ਨਹੀਂ ਹੁਣ ਕਿਹੜੀ ਉਹਦਾ ਚੇਅਰਮੈਨ ਲੱਗ ਜੂਗਾ ਜਾਂ ਮੇਰਾ ਹੀ ਮੁੰਡਾ ਭਰਤੀ ਹੋ ਜੂਗਾ ਪੁਲਿਸ 'ਚ, ਮੇਰਾ ਹੀ ਮੁੰਡਾ ਅੱਜ CTO ਪਾਰਟੀ ਦਾ ਨਾਮ ਸੀਗਾ ਆਮ ਆਦਮੀ ਪਾਰਟੀ ਵੀ ਆਮ ਲੋਕਾਂ ਨੂੰ ਲੱਗਿਆ ਵੀ ਪਤਾ ਨਹੀਂ ਵੀ ਸਾਡਾ ਜਿਹੜਾ ਹੋਇਆ ਹੀ ਨਹੀਂ ਕੁਛ ਇੰਨੀ ਦੇਰ 'ਚ ਵੀ ਉਹ ਇਹ ਕਰ ਦੇਣਗੇ। ਲੋਕ ਝੂਠੀਆਂ ਗੱਲਾਂ 'ਚ, 5 ਸਾਲ ਪਿਛਲੇ ਕੈਪਟਨ ਸਾਹਿਬ ਨੇ ਖਰਾਬ ਕਰਤੇ ਸਾਡੇ ਪੰਜਾਬ ਦੇ, ਉਹਨਾਂ ਨੇ ਹਰ ਘਰ ਨੌਕਰੀ ਦਾ ਵਾਅਦਾ ਕਰਕੇ ਝੂਠ ਬੋਲ ਕੇ ਸਰਕਾਰ ਬਣਾਈ, ਅਤੇ ਆਹ 5 ਸਾਲ ਇਹਨਾਂ ਨੇ ਖਰਾਬ ਕਰ ਦੇਣੇ ਔਰ ਪੰਜਾਬ 10 ਸਾਲਾਂ 'ਚ ਮੇਰੇ ਖਿਆਲ ਨਾਲ 50 ਸਾਲ ਪਿੱਛੇ ਚਲੇ ਜਾਊਗਾ। ਜਿਹੜੀ ਰਫ਼ਤਾਰ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਕੰਮ ਕੀਤੇ ਸੀਗੇ, ਤੁਸੀਂ ਕੋਈ ਫਲਾਈਓਵਰ ਦੇਖ ਲਓ ਪੰਜਾਬ 'ਚ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਨਾਲ ਬਣਿਆ, ਕੋਈ ਸੜਕਾਂ ਦੇਖ ਲਓ, ਕੋਈ ਤੁਸੀਂ ਯੂਨੀਵਰਸਿਟੀ ਦੇਖ ਲਓ, ਕੋਈ ਤੁਸੀਂ ਮੈਡੀਕਲ ਕਾਲਜ ਦੇਖ ਲਓ, ਜਿੰਨੇ ਵੀ ਕੰਮ ਹੋਏ ਉਹ ਪਿਛਲੀ ਸਰਕਾਰ ਦੇ ਦੌਰਾਨ ਹੋਏ ਸ਼੍ਰੋਮਣੀ ਅਕਾਲੀ ਦਲ ਦੇ, ਕਿਉਂਕਿ ਹੁਣ ਵਾਲੇ ਕੋਲ ਦਾ ਵਿਜ਼ਨ ਨਹੀਂ ਹੈ। ਸੋਚ, ਇੱਕ ਸੋਚ ਹੋਣੀ ਚਾਹੀਦੀ, ਇੱਕ ਇਹ ਹੋਣਾ ਚਾਹੀਦਾ ਵੀ ਹਾਂ ਵੀ
ਵੀ ਮੈਂ ਇਹ ਕੰਮ ਕਿਹੜੀ ਕਪੈਸਿਟੀ ਨਾਲ ਕਿੱਦਾਂ ਕਰਾ ਸਕਦਾ। ਸੋ ਇਸ ਲਈ ਵੀ ਰਾਜਨੀਤੀ ਲਫ਼ਜ਼ ਕਹਿਣਾ ਬੜਾ ਸੌਖਾ ਪਰ ਕੰਮ ਕਰਕੇ ਦਿਖਾਉਣਾ, ਬਿਲਕੁਲ ਪਾਵਰ ਆਈ ਤੋਂ ਬਾਅਦ, ਪਾਵਰ ਆਉਣ ਤੋਂ ਬਾਅਦ ਅਸਲ ਪਤਾ ਲੱਗਦਾ ਵੀ ਇਹਦਾ ਇਹਦੇ ਹਕੀਕਤ ਕੀ ਸੀਗੀ, ਇਹਦੇ ਦਿਲ 'ਚ ਕੀ ਸੀ, ਦਿਮਾਗ 'ਚ ਕੀ ਸੀ ਅਤੇ ਮੂੰਹ 'ਤੇ ਕੀ ਸੀ। ਦਿਲ ਔਰ ਦਿਮਾਗ 'ਚ ਬੰਦੇ 'ਤੇ ਹੋਰ ਕੁਛ ਚੱਲਦਾ ਹੋਵੇ, ਮੂੰਹ 'ਤੇ ਹੋਰ ਕੁਛ ਚੱਲਦਾ ਹੋਵੇ, ਤਾਂ ਫਿਰ ਆਹ ਤੁਹਾਡੇ ਸਾਹਮਣੇ ਹੀ ਆ ਹੁਣ ਬਦਲਾਅ ਕਿਸ ਤਰ੍ਹਾਂ ਚੱਲ ਰਿਹਾ। ਅੱਛਾ, ਸੁਖਬੀਰ ਸਿੰਘ ਬਾਦਲ ਹੋਣੀ ਲੋਕਾਂ ਨੂੰ ਅਵੇਅਰ ਕਰ ਰਹੇ ਨੇ, ਪੰਜਾਬ ਬਚਾਓ ਯਾਤਰਾ ਕਰ ਰਹੇ ਨੇ, ਲੋਕ ਦੇ ਰਹੇ ਨੇ ਸਮਰਥਨ, ਤੁਹਾਡੇ ਸਾਹਮਣੇ ਹੀ ਹੈ ਜੀ। ਤੁਸੀਂ ਇਹ ਲਾਓ ਵੀ ਸ਼੍ਰੋਮਣੀ ਅਕਾਲੀ ਦਲ ਵਾਹਦ ਇੱਕੋ ਪੰਜਾਬੀਆਂ ਦੀ ਪਾਰਟੀ ਹੈ, ਜਿਨ੍ਹਾਂ ਦਾ ਜਿਸ ਪਾਰਟੀ ਦਾ ਦਿਲ ਵੀ ਪੰਜਾਬੀ ਹੈ, ਦਿਮਾਗ ਵੀ ਪੰਜਾਬੀ ਹੈ, ਔਰ ਪੰਜਾਬ ਤੋਂ ਬਾਹਰ ਸਾਡਾ ਕੋਈ ਲੈਣਾ ਦੇਣਾ ਨਹੀਂ, ਸਾਡਾ ਜੀਣਾ ਮਰਨਾ ਪੰਜਾਬ ਹੈ, ਇਹ ਬਿਲਕੁਲ ਕਲੀਅਰ। ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਪੂਰੀ ਕੋਰ ਕਮੇਟੀ ਨੇ ਪਿਛਲੇ ਦਿਨਾਂ 'ਚ ਮੀਟਿੰਗ ਕਰਕੇ ਕਹਿਤਾ ਵੀ ਪਹਿਲਾਂ ਪੰਜਾਬ ਸਾਡੇ ਵਾਸਤੇ ਹੈ, ਪੰਜਾਬ ਦੀਆਂ ਮੰਗਾਂ ਸਾਡੇ ਵਾਸਤੇ ਹੈ, ਜੇ ਹੱਲ ਕਰਨਗੇ ਤਾਂ ਗੱਲ ਕਰਾਂਗੇ, ਤਾਂ ਅਗਲਾ ਜਿਹੜਾ ਹੈ ਬਿਉਂਦਬੰਦੀ ਉਹ ਕਰਾਂਗੇ, ਨਹੀਂ ਕੋਈ ਕਰਦਾ ਤਾਂ ਕੋਈ ਗੱਲ ਨਹੀਂ, ਅਸੀਂ ਪੰਜਾਬੀਆਂ ਦੇ ਹਾਂ, ਪੰਜਾਬੀ ਸਾਡੇ ਨਾਲ, ਅਸੀਂ ਪੰਜਾਬੀਆਂ ਨਾਲ। ਅੱਛਾ, ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨਾਂ ਦੇ ਲਈ ਕੀ ਸਟੈਂਡ ਆ, ਕਿਉਂਕਿ ਪਹਿਲੇ ਵੀ ਜਿਸ ਤਰੀਕੇ ਦੇ ਨਾਲ ਇੱਕ ਵੱਡਾ ਸੰਘਰਸ਼ ਵਿੱਢਿਆ ਸੀ ਅਤੇ ਮੁੜ ਕੇ ਫਿਰ ਉਹੀ ਬਰੂਹਾਂ 'ਤੇ ਬੈਠੇ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਜੇ ਚਾਹਵੇ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾ ਸਕਦਾ? ਦੇਖੋ, ਇਹੀ ਗੱਲ ਹੈ ਨਾ, ਇਹੀ ਗੱਲ 'ਤੇ ਆਓ ਤੁਸੀਂ ਪਰਮਿੰਦਰ ਜੀ, ਬਿਲਕੁਲ ਠੀਕ ਸਵਾਲ ਕੀਤਾ ਤੁਸੀਂ। ਜਦੋਂ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਸੀਗਾ ਸੈਂਟਰ ਦੀ ਸਰਕਾਰ ਦੇ ਵਿੱਚ, ਭੈਣ ਜੀ ਹਰਸਿਮਰਤ ਕੌਰ ਬਾਦਲ ਜੀ ਕੇਂਦਰੀ ਮੰਤਰੀ ਸਨ, ਪਹਿਲਾਂ ਜਿਹੜਾ ਇਹ ਕਹਿੰਦੇ ਵੀ ਇੱਕਦਮ ਨਹੀਂ ਅਸਤੀਫਾ ਦਿੱਤਾ ਜੀ, ਪਹਿਲਾਂ ਇਹੀ ਗੱਲ ਹੁੰਦੀ ਹੈ ਨਾ ਵੀ ਆ ਵੀ ਤੁਸੀਂ ਇਹ ਸਾਡੀ ਗੱਲ ਮੰਨ ਲਓ ਜੀ, ਇਹ ਆਪਾਂ ਇੱਦਾਂ ਨਾ ਕਰੀਏ, ਇਹ ਇੱਦਾਂ ਨਾ ਇੱਦਾਂ ਕਰੀਏ ਇੱਦਾਂ। ਜਦੋਂ ਇਹ ਗੱਲ ਉਹਨਾਂ ਨੇ ਸਾਡੀ ਸੁਣੀਓ ਨਹੀਂ ਤਾਂ ਕੇਂਦਰ ਦੀ ਕੈਬਨਿਟ 'ਚੋਂ ਅਸਤੀਫਾ ਦੇਣਾ, ਅੱਜ ਕੋਈ ਪਿੰਡ ਦੀ ਸਰਪੰਚੀ ਨਹੀਂ ਛੱਡਦਾ। ਕਿਹਦੇ ਵਾਸਤੇ ਦਿੱਤਾ? ਇਹ ਪੰਜਾਬ ਵਾਸਤੇ ਦਿੱਤਾ, ਪੰਜਾਬੀਆਂ ਵਾਸਤੇ ਦਿੱਤਾ, ਕੋਈ ਆਸਾਨ ਨਹੀਂ ਕੀਤਾ, ਕਿਉਂਕਿ ਸਾਡਾ ਇੱਕ ਫਰਜ਼ ਬਣਦਾ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ, ਜਦੋਂ ਕਿਸਾਨਾਂ ਨਾਲ ਧੱਕਾ ਹੋਵੇ, ਪੰਜਾਬੀਆਂ ਨਾਲ ਧੱਕਾ ਹੋਵੇ, ਤਾਂ ਉਹਦੀ ਤਰਜਮਾਨੀ ਕਰਨਾ ਇਹ ਸਾਡਾ ਅਖਲਾਕੀ ਤੌਰ 'ਤੇ ਫਰਜ਼ ਸੀਗਾ ਔਰ ਉਹ ਕੀਤਾ। ਤੁਹਾਨੂੰ ਇਹ ਵੀ ਲੱਗਦਾ ਵੀ ਇਹੀ ਕਾਰਨ ਬਣੇ ਸੀ ਵੀ ਜਿਹੜਾ ਗੱਠਜੋੜ ਕੇਂਦਰ ਦੀ ਸਰਕਾਰ ਨਾਲ ਟੁੱਟਿਆ? ਬਿਲਕੁਲ ਜੀ, ਇਹਦਾ ਸ਼੍ਰੈਮ ਹੋਇਆ, ਗੱਠਜੋੜ ਅਸੀਂ ਤੋੜਿਆ। ਬਾਦਲ ਸਾਹਿਬ ਨੇ ਪਹਿਲਾਂ ਕੇਂਦਰੀ ਬਾਜ਼ਾਰ ਤੋਂ ਅਸਤੀਫਾ ਦਿੱਤਾ, ਉਹ ਤੋਂ ਬਾਅਦ ਮੀਟਿੰਗ ਕਰਕੇ ਕੋਰ ਕਮੇਟੀ ਦੀ ਸਾਡੀ ਅਕਾਲੀ ਦਲ ਦੀ, ਉਸ ਤੋਂ ਬਾਅਦ ਭਾਈਵਾਲ 'ਚੋਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਨਹੀਂ ਹੈਗੇ। ਅੱਜ ਵੀ ਬਿਲਕੁਲ ਕਲੀਅਰ ਸਟੈਂਡ ਸਾਡੀ ਪਾਰਟੀ ਦਾ, ਪ੍ਰਧਾਨ ਸਾਹਿਬ ਦਾ, ਸਾਨੂੰ ਵੀ ਹਦਾਇਤ ਹੈ ਵੀ ਜਿੱਥੇ ਕੋਈ ਕਿਸਾਨੀ ਧਰਨੇ 'ਚ ਕੋਈ ਮਦਦ ਕਰਨੀ ਹੈ ਤੁਸੀਂ ਹਲਕੇ ਵੱਲੋਂ ਤਾਂ ਉੱਥੇ ਜਾ ਕੇ ਖੜੋ, ਆਪਾਂ ਕਿਸਾਨਾਂ ਨਾਲ ਖੜਨਾ, ਕਿਸਾਨਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਔਰ ਕਿਸਾਨਾਂ ਦੀ ਜਿਹੜੀ ਮੰਗ ਹੈ, ਕਿਉਂਕਿ ਅਸੀਂ ਆਪ ਸਾਰੇ ਕਿਸਾਨ ਹੈ, ਮੈਂ ਵੀ ਕਿਸਾਨ ਹਾਂ, ਸਾਡੇ ਪ੍ਰਧਾਨ ਜੀ ਉਹ ਵੀ ਕਿਸਾਨ ਨੇ, ਸਾਡੇ ਜਿਹੜੇ ਲੀਡਰ ਹੈ ਉਹ ਵੀ ਕਿਸਾਨ ਹੈ, ਜਾਂ ਕੋਈ ਇਹ ਲਾ ਲਓ ਵੀ ਤੁਸੀਂ ਕੋਈ ਵੱਖ ਵੱਖ ਕੋਈ ਹਿੰਦੂ ਹੈ ਸਾਡਾ ਭਰਾ, ਉਹ ਵੀ ਅੱਜ ਕਿਸਾਨ ਵੀ ਹੈ, ਉਹ ਬਿਜ਼ਨਸ ਵੀ ਕਰ ਰਿਹਾ। ਸੋ ਇਸ ਕਰਕੇ ਸਾਨੂੰ ਪੰਜਾਬੀਆਂ ਦੇ ਦੁੱਖ ਦਰਦ ਔਰ ਕਿਸਾਨਾਂ ਦੇ ਦੁੱਖ ਦਰਦ ਦਾ ਸਾਨੂੰ ਪਤਾ, ਔਰ ਇਹ ਜਿਹੜੀ ਵਕਾਲਤ ਹੈ ਕਿਸਾਨਾਂ ਦੀ, ਇਹ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਰਦਾ ਰਹੇਗਾ, ਔਰ ਪੰਜਾਬੀਆਂ ਦੇ ਹੱਕਾਂ ਦੇ ਲਈ, ਪੰਜਾਬੀ ਉਹ ਪੰਜਾਬ 'ਚ ਹੋਣ, ਪੰਜਾਬੀ ਉਹ ਹਰਿਆਣੇ 'ਚ ਹੋਣ, ਪੰਜਾਬੀ ਉਹ ਗੁਜਰਾਤ 'ਚ ਹੋਣ, ਪੰਜਾਬੀ ਉਹ ਉੜੀਸਾ 'ਚ ਹੋਣ, ਪੰਜਾਬੀ ਕਿਸੇ ਵੀ ਸਟੇਟ 'ਚ ਹੋਣ, ਭਾਵੇਂ ਵਿਦੇਸ਼ 'ਚ ਹੋਣ, ਜਿੱਥੇ ਕਿਤੇ ਲੋੜ ਪਊਗੀ
ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬੀਆਂ ਦਾ ਇੱਕ ਵਕਾਲਤ ਕਰੇਗਾ ਔਰ ਪੰਜਾਬੀਆਂ ਦੇ ਲਈ ਖੜੇਗਾ। ਅੱਛਾ, ਇੱਕ ਵਾਰ ਫਿਰ ਤੋਂ ਆਪਾਂ ਜ਼ਿਕਰ ਕਰ ਰਹੇ ਸੀ ਗੱਠਜੋੜ ਦਾ, ਹੈ ਨਾ, ਇੱਕ ਵਾਰ ਫਿਰ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਵੀ ਭਾਜਪਾ ਦੇ ਨਾਲ ਜਿਹੜਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦਾ ਹੋ ਸਕਦਾ? ਤੁਸੀਂ ਤਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਜਾਂਦੇ ਹੋ, ਅਤੇ ਮੈਨੂੰ ਹੁਣ ਪਤਾ ਲੱਗਿਆ ਸੀਗਾ ਤੁਸੀਂ ਅੱਜ ਵੀ ਇੱਕ ਮੀਟਿੰਗ 'ਤੇ ਜਾ ਰਹੇ ਹੋ, ਇਸ ਕਿਆ ਸਰਾਈਆਂ ਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਡੀ ਪਾਰਟੀ ਦੀ ਵੱਡੀ ਲੀਡਰਸ਼ਿਪ, ਜਿਹੜੀ ਸਾਡੀ ਕੋਰ ਕਮੇਟੀ ਆ, ਉਹ ਫੈਸਲੇ ਕਰਦੀ ਹੈ। ਅਸੀਂ ਤਾਂ ਇੱਕ ਹਲਕੇ ਦੇ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਹਲਕੇ ਦੀਆਂ ਗੱਲਾਂ ਉਹਨਾਂ ਤੱਕ ਪਹੁੰਚਾਉਂਦੇ ਹਾਂ, ਜੋ ਉਹਨਾਂ ਦਾ ਆਦੇਸ਼ ਹੁੰਦਾ ਉਹ ਹਲਕੇ 'ਚ ਲਾਗੂ ਕਰ ਦੇਈਦਾ। ਪਰ ਅੱਜ ਦੀ ਡੇਟ 'ਚ ਬਿਲਕੁਲ ਕਲੀਅਰ ਹੈ, ਜੋ ਪੰਜਾਬ ਦੇ ਭਾਵੇਂ ਉਹ ਬੰਦੀ ਸੀਗਾ ਦਾ ਮੁੱਦਾ ਜਾਂ ਕਿਸਾਨਾਂ ਦਾ ਮੁੱਦਾ ਜਾਂ ਸਾਡੇ ਜਿਹੜੇ ਘੱਟ ਗਿਣਤੀਆਂ ਸਟੇਟ ਹੈ ਜਾਂ ਘੱਟ ਗਿਣਤੀ ਸਾਡਾ ਭਾਈਚਾਰਾ, ਉਹਦੇ ਲਈ ਜਿਹੜੇ ਸਾਡੇ ਸਿਧਾਂਤ ਨੇ ਜਾਂ ਸਾਡੀਆਂ ਗੱਲਾਂ ਪਾਰਟੀ ਨੇ ਗਈਆਂ, ਜੇ ਉਹ 'ਤੇ ਕੋਈ ਪਾਰਟੀ ਗੱਲ ਕਰੇਗੀ ਸਾਡੇ ਨਾਲ ਬੈਠ ਕੇ, ਸਾਡੀ ਪਾਰਟੀ ਨਾਲ, ਇਹ ਬਿਲਕੁਲ ਤੁਸੀਂ ਉਹ ਜਿਹੜੀ ਸਾਡੀ ਕੋਰ ਕਮੇਟੀ 'ਤੇ ਉਹਦੀ ਮੀਟਿੰਗ ਹੋਈ ਹੈ ਉਹਦੇ 'ਚ ਬਿਲਕੁਲ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਵੀ ਜੇ ਇਹ ਗੱਲਾਂ ਨੂੰ ਕੋਈ ਸਾਡੀਆਂ ਨੂੰ ਦੇ ਨਾਲ ਸਾਡੇ ਹਮਖਿਆਲੀ ਹੋ ਕੇ ਚੱਲਣਾ ਚਾਹੁੰਦਾ ਤਾਂ ਉਹਦਾ ਅਸੀਂ ਖੁੱਲ੍ਹੇ ਦੇ ਨਾਲ ਸਵਾਗਤ ਕਰਾਂਗੇ। ਪਰ ਇਹ ਨਹੀਂ ਹੈ ਵੀ ਅਸੀਂ ਪੰਜਾਬੀਆਂ ਦੇ ਮੁੱਦੇ ਪਿੱਛੇ ਛੱਡ ਦਈਏ, ਅੱਜ ਅਲਾਇੰਸ ਕਰ ਲਈਏ। ਇਹ ਇਹ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ, ਇਹ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਇਹ ਆਦੇਸ਼ ਆਏ ਨੇ ਔਰ ਕਿਤੇ ਨਾ ਕਿਤੇ ਇਹ ਪੰਜਾਬੀਆਂ ਨੇ ਅੱਜ ਇਸ ਗੱਲ ਦਾ ਭਰਵਾਂ ਸਵਾਗਤ ਵੀ ਕੀਤਾ ਵੀ ਕਿਉਂਕਿ ਪੰਜਾਬੀਆਂ ਦੀ ਪਾਰਟੀ, ਪੰਜਾਬੀਆਂ ਦੇ ਮੁੱਦੇ, ਪੰਜਾਬ ਦੇ ਮੁੱਦੇ ਵੀ ਇਹ ਇਹ ਜਿਹੜੇ ਸੀਗੇ, ਇਹ ਇਹ ਗੱਲ ਜੋ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਔਰ ਕਰਦਾ ਆ, ਇਹ ਇੱਕੋ ਹੀ ਪਾਰਟੀ ਕਰ ਸਕਦੀ ਹੈ, ਹੋਰ ਮੈਂ ਦੇਖਣ ਨਾਲ ਕਿਸੇ ਪਾਰਟੀ ਨੇ ਕੋਈ ਇਹ ਤਾਂ ਗੱਲ ਵੀ ਨਹੀਂ ਕੀਤੀ। ਅੱਛਾ, ਜੇ ਗੱਲ ਆਪਾਂ ਬਿਕਰਮ ਮਜੀਠੀਆ ਉਹਨਾਂ ਦੀ ਕਰੀਏ, ਉਹ ਵੀ ਕਾਫੀ ਟਾਈਮ ਨਜ਼ਰਬੰਦ ਰਹੇ ਹਨ ਡਰੱਗ ਮਾਮਲੇ ਦੇ ਵਿੱਚ, ਅਤੇ ਅੱਜ ਕੇਜਰੀਵਾਲ ਸਾਹਿਬ ਆਪ ਖੁਦ ਨਜ਼ਰਬੰਦ ਕੀਤੇ ਗਏ ਨੇ, ਕੀ ਕਹਿਣਾ ਚਾਹੋਗੇ? ਦੇਖੋ ਸਾਹਿਬ, ਬਿਕਰਮ ਸਿੰਘ ਮਜੀਠੀਆ ਸਾਹਿਬ 'ਤੇ ਜਿਹੜਾ ਪਰਚਾ ਦਰਜ ਹੋਇਆ, ਉਹ ਉਸ ਸਮੇਂ ਦਰਜ ਹੋਇਆ ਵੀ ਜਦੋਂ ਬੰਦਿਆਂ ਨੂੰ ਕੈਦ ਵੀ ਹੋ ਲਈ, ਐਫ ਆਈ ਆਰ ਕਈ ਦਹਾਕੇ ਪੁਰਾਣੀ ਹੋ ਗਈ, 10 ਸਾਲ ਤੋਂ ਵੀ ਵੱਧ ਹੋ ਗਈ ਸੀਗੀ, ਔਰ ਬੰਦਿਆਂ ਨੂੰ ਸਜ਼ਾਵਾਂ ਵੀ ਹੋ ਲਈਆਂ, ਉਹਦੇ 'ਚ ਇੱਕ ਧੱਕੇ ਨਾਲ ਇੱਕ ਨਵੀਂ ਐਫ ਆਈ ਆਰ ਕੱਟ ਗਏ, ਅਤੇ ਉਹ ਤੋਂ ਬਾਅਦ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਜਜਮੈਂਟ ਦਿੱਤੀ, ਉਹ ਬਿਲਕੁਲ ਮੈਂ ਕਹਿੰਦਾ ਵੀ ਉਹਦੇ 'ਚ ਕਲੀਅਰ ਕਰਤਾ ਵੀ ਇਹ ਸਰਾਸਰ ਧੱਕਾ। ਅਤੇ ਦੂਜੇ ਪਾਸੇ ਕੇਜਰੀਵਾਲ ਸਾਹਿਬ ਦੀ ਗੱਲ ਆਓ ਤੁਸੀਂ, ਉਹ ਹਾਈ ਕੋਰਟ ਗਏ, ਫਿਰ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਜਿਹੜੀਆਂ ਟਿੱਪਣੀਆਂ ਦਿੱਤੀਆਂ ਉਹਦੇ 'ਚ ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਪੜ੍ਹ ਲਿਓ, ਉਹਦੇ 'ਚ ਉਹਨਾਂ ਨੇ ਇਹੀ ਲਿਖਿਆ ਵੀ ਇਹ ਜਿੰਨਾ ਕੁ ਸਾਡੀ ਸਮਝ ਮੁਤਾਬਕ ਹੈ ਵੀ ਕਿਤੇ ਨਾ ਕਿਤੇ ਇਹਨਾਂ ਦੀ ਇਨਵੋਲਵਮੈਂਟ ਹੈਗੀ ਹੈ। ਜੇ ਅੱਜ ਕੋਈ ਮਾਨਯੋਗ ਜੱਜ ਸਾਹਿਬ ਕੋਈ ਗੱਲ ਕਹਿ ਰਹੇ ਹੈ ਅਤੇ ਉਹ ਗੱਲ 'ਚ ਫਿਰ ਉਹ ਤੋਂ ਬਾਅਦ ਉਹ ਕੋਰਟ ਵੀ ਗਏ, 8-10 ਦਫ਼ਾ ਵਾ ਸੰਮਨ ਵੀ ਆਏ ਪਰ ਉਹ ਪੇਸ਼ ਵੀ ਨਹੀਂ ਹੋਏ। ਸਾਹਿਬ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਜਦੋਂ ਸੰਮਨ ਆਉਂਦਾ ਅਗਲੇ ਦਿਨ ਜਾ ਕੇ ਖੜ੍ਹ ਜਾਂਦੇ। ਸੋ ਕਹਿੰਦੇ ਨਹੀਂ ਪੰਜਾਬੀ 'ਚ ਵੀ ਜਿਹਦੇ ਅੰਦਰ ਹੋਵੇ ਸੱਚ ਕੋਠੇ ਉਹ ਖੜ੍ਹ ਕੇ ਨੱਚ। ਸਾਹਿਬ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਤਾਂ ਇਹ ਗੱਲ ਬਿਲਕੁਲ, ਉਹ ਤਾਂ ਕਹਿੰਦੇ ਵੀ ਜਦੋਂ ਬੁਲਾਉਂਗੇ ਖੁੱਲ੍ਹੇ ਦਿਨ ਨਾਲ ਆਵਾਂਗੇ, ਬੈਠੋ ਕਰੋ ਗੱਲ। ਅਤੇ ਇਸ ਕਰਕੇ ਇੱਕ ਪਾਸੇ ਸੱਚਾਈ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ, ਪਰ ਕੇਜਰੀਵਾਲ ਸਾਹਿਬ ਨੇ ਜੇ ਕੋਈ ਗਲਤੀ ਕੀਤੀ ਜਾਂ ਇਹ ਜਿਹੜਾ ਅੱਜ ਸ਼ਰਾਬ ਘੁਟਾਲਾ ਬਣਿਆ ਉਹਦਾ ਸੇਕ ਪੰਜਾਬ ਤੱਕ ਵੀ ਆ ਰਿਹਾ। ਹੁਣ ਪੰਜਾਬ 'ਚ ਵੀ ਦੇਖੋ, ਪੰਜਾਬ 'ਚ ਵੀ ਉਹੀ ਇਹਨਾਂ ਨੇ ਪੋਲਿਸੀ ਲਾਗੂ ਕੀਤੀ,
ਤੇ ਇਹ ਜਿਹੜਾ ਹੈ ਇਹ ਸੱਚਾਈ ਲੋਕਾਂ ਦੇ ਸਾਹਮਣੇ ਕਾਫੀ ਹੱਦ ਤੱਕ ਆ ਗਈ ਵੀ ਇਹਨਾਂ ਦੇ ਦਿਲ 'ਚ ਕੀ ਹੈ, ਦਿਮਾਗ 'ਚ ਕੀ ਹੈ, ਮੂੰਹ 'ਤੇ ਕੀ ਹੈ, ਸਾਰਾ ਕੁਛ ਲੋਕਾਂ ਦੇ ਅੱਜ ਸਾਹਮਣੇ ਹੈ। ਕਈ ਐਮ ਐਲ ਏ ਇਹਨਾਂ ਦੀ ਪਾਰਟੀ ਛੱਡ ਕੇ ਜਾ ਰਹੇ ਨੇ। ਹਾਂਜੀ ਬਿਲਕੁਲ, ਮੈਂ ਇਹ ਵੀ ਇਤਿਹਾਸ ਬਣਿਆ ਵੀ ਜਿੱਦਾਂ ਇਹ ਕਹਿੰਦੇ ਸੀਗੇ ਵੀ ਵੀ ਨਵਾਂ ਕੰਮ ਲੈ ਕੇ ਆਏ ਹਾਂ, ਨਵਾਂ ਉਹ ਵੀ ਢਾਈ ਪੌਣੇ ਤਿੰਨ ਸਾਲ ਸਰਕਾਰ ਦੇ ਪਏ ਹੁਣ, ਐਮ ਐਲ ਏ ਛੱਡ ਕੇ ਭੱਜਣ, ਇਤਿਹਾਸ 'ਚ ਪਹਿਲੀ ਵਾਰੀ ਹੋਇਆ। ਇੱਕ ਸਿਟਿੰਗ ਐਮ ਪੀ ਹੋਵੇ ਉਹਨੂੰ ਐਮ ਪੀ ਦੀ ਟਿਕਟ ਅਨਾਊਂਸ ਹੋ ਗਈ ਹੋਵੇ, ਉਹ ਟਿਕਟ ਛੱਡ ਕੇ ਭੱਜੇ। ਮੇਰੇ ਖਿਆਲ ਨਾਲ ਕਿਸੇ ਦੇਖੋ ਇੱਕ ਐਮ ਐਲ ਏ ਦੀ ਟਿਕਟ ਕੋਈ ਪਾਰਟੀ ਦੇ ਦੇਵੇ, ਮੈਂ ਤਾਂ ਇਹ ਕਹੂੰਗਾ ਜੀ ਕੋਈ ਐਮ ਸੀ ਦੀ ਪਾਰਟੀ ਟਿਕਟ ਦੇ ਦੇਵੇ ਉਹ ਐਮ ਸੀ ਛੱਡ ਕੇ ਭੱਜੇ, ਇਹ ਤਾਂ ਵੱਡੀ ਗੱਲ ਹੈ ਨਾ ਜੀ। ਮੈਂਬਰ ਆਫ ਪਾਰਲੀਮੈਂਟ ਮੌਜੂਦਾ ਉਹਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਤੀ, ਅਨਾਊਂਸ ਹੋ ਗਈ ਉਹ ਛੱਡ ਕੇ ਜਾਣਾ, ਇਤਿਹਾਸ 'ਚ ਪਹਿਲੀ ਵਾਰੀ ਹੋਏਗਾ। ਚੈੱਕ ਕਰ ਲਿਓ ਤੁਸੀਂ ਪੰਜਾਬ ਦੇ ਇਤਿਹਾਸ ਦੀ ਮੈਂ ਗੱਲ ਕਰ ਰਿਹਾ, ਸ਼ਾਇਦ ਕਿਸੇ ਪਾਰਟੀ 'ਚ ਮੈਂ ਕਹਿੰਦਾ ਵੀ ਛੋਟੀ ਤੋਂ ਛੋਟੀ ਪਾਰਟੀ 'ਚ ਵੀ ਨਹੀਂ ਇਹ ਹੋਇਆ ਹੋਣਾ ਵੀ ਜਿਹਨੂੰ ਟਿਕਟ ਦਿੱਤੀ ਉਹ ਟਿਕਟ ਛੱਡ ਕੇ ਭੱਜ ਗਿਆ ਵੀ ਨਹੀਂ, ਰੂਲਿੰਗ ਪਾਰਟੀ ਪੰਜਾਬ ਦੀ। ਸੋ ਇਸ ਤੋਂ ਅੰਦਾਜ਼ਾ ਲਾ ਲਓ ਤੁਸੀਂ ਵੀ ਕਿਤੇ ਨਾ ਕਿਤੇ ਕਿੰਨੀ ਵੱਡੀ ਪੱਧਰ 'ਤੇ ਉਹਨਾਂ ਨੂੰ, ਉਹਨਾਂ ਦਾ ਕਿਹੜਾ ਜੀ ਕਰਦਾ ਹੋਣਾ ਛੱਡ ਕੇ ਭੱਜਿਆ ਜੇ ਉਹਨਾਂ ਨੂੰ ਲੋਕਾਂ ਨੇ। ਦੇਖੋ ਹਰੇਕ ਬੰਦਾ ਆਪਣੀ ਕੋਰ ਟੀਮ ਨਾਲ ਸਲਾਹ ਕਰਦਾ, ਆਪਣੇ ਪਰਿਵਾਰ ਨਾਲ ਸਲਾਹ ਕਰਦਾ, ਜਦੋਂ ਫਿਰ ਪਰਿਵਾਰ ਨੂੰ ਕੋਰ ਟੀਮ ਨੂੰ ਗਾਲਾਂ ਮਿਲਦੀਆਂ ਹੁਣ ਤਾਂ ਉਹ ਫਿਰ ਕੀ ਕਰੂ ਵੀ ਇਹ ਮਜਬੂਰੀ 'ਚ ਅੱਜ ਛੱਡ ਕੇ ਟਿਕਟਾਂ ਭੱਜ ਰਹੇ ਹੈ। ਇਹ ਵੀ ਇਤਿਹਾਸ ਬਣ ਗਿਆ ਇੱਕ। ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕਿੱਥੇ ਖੜ੍ਹਾ, ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ, ਤਿਆਰੀ ਹੈ ਪੂਰੀ? ਬਿਲਕੁਲ ਜੀ, ਮੈਂ ਫੁੱਲ ਤਿਆਰੀ 'ਚ ਔਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ। ਕਦੋਂ ਤੱਕ ਉਮੀਦਵਾਰ ਐਲਾਨੇ ਜਾ ਸਕਦੇ ਆ? ਦੇਖੋ ਮੀਟਿੰਗਾਂ ਸਾਡੇ ਪ੍ਰਧਾਨ ਸਾਹਿਬ ਇੱਕ ਦੋ ਦਿਨਾਂ 'ਚ ਕਰ ਰਹੇ ਹਾਂ, ਬੜੀ ਛੇਤੀ ਉਮੀਦਵਾਰ ਵੀ ਆ ਜਾਣਗੇ। ਔਰ ਸ਼੍ਰੋਮਣੀ ਅਕਾਲੀ ਦਲ ਤਾਂ ਲੋਕਾਂ 'ਚ ਰਹਿ ਰਿਹਾ, ਲੋਕਾਂ ਦੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ, ਪੰਜਾਬ 'ਚ ਰਹਿ ਰਹੀ ਹੈ। ਦੇਖੋ ਸਾਡੇ ਪ੍ਰਧਾਨ ਸਾਹਿਬ ਮੇਰੇ ਖਿਆਲ ਨਾਲ ਅੱਜ ਤੁਸੀਂ ਇਹ ਲਾਓ ਵੀ ਉਹ ਰਾਤ ਨੂੰ 12 ਵਜੇ ਸੋਨੇ ਆ ਔਰ 6-7 ਵਜੇ ਤੋਂ ਫਿਰ ਕੋਈ ਪਾਰਟੀ ਦਾ ਪ੍ਰਧਾਨ ਤੁਸੀਂ ਕਿਸੇ ਨੂੰ ਵੀ ਲਾ ਲਿਓ, ਕਾਂਗਰਸ ਦਾ ਲਾ ਲਓ, ਆਮ ਵਾਲਾ ਲਾ ਲਓ, ਆਮ ਆਦਮੀ ਦੇ ਪ੍ਰਧਾਨ ਜੀ ਮੇਰੇ ਖਿਆਲ ਨਾਲ ਮੈਂ ਵੀ ਪ੍ਰਿੰਸੀਪਲ ਬੁੱਧ ਰਾਮ ਜੀ ਹੈ ਮੇਰੇ ਖਿਆਲ ਨਾਲ, ਐਕਟਿੰਗ ਪ੍ਰਧਾਨ ਉਹੀ ਹੈ ਨਾ ਮੇਰੇ ਖਿਆਲ ਨਾਲ। ਤੁਸੀਂ ਕਿਤੇ ਸੁਣਿਆ ਉਹਨਾਂ ਨੇ ਵੀ ਕੋਈ ਮੀਟਿੰਗਾਂ ਕਰੀਆਂ ਹਲਕਿਆਂ ਜਾ ਕੇ? ਸਾਡੇ ਪ੍ਰਧਾਨ ਜੀ ਸਵੇਰੇ ਮੋਹਾਲੀ, ਸ਼ਾਮ ਨੂੰ ਗਿੱਦੜਵਾਹਾ, ਅਗਲੇ ਦਿਨ ਅੰਮ੍ਰਿਤਸਰ, ਕਦੇ ਫਿਰੋਜ਼ਪੁਰ। ਠੀਕ ਹੈ ਨਾ ਵੀ ਜੇ ਅੱਜ ਮਿਹਨਤ ਹੋ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਜਿਹੜਾ ਸਕੇਡਰ ਹੈ ਸਾਡਾ ਉਹ ਬੜਾ, ਉਹ ਇਹ ਲਾ ਲਓ ਵੀ ਉਹ ਇਸ ਗੱਲ 'ਤੇ ਖੜ੍ਹੇ ਹੈ ਵੀ ਯਾਰ ਵੀ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਪਿਛਲੇ ਸਮੇਂ ਦੌਰਾਨ। ਹਾਂ ਠੀਕ ਹੈ ਵੀ ਜਿਹੜਾ ਨੌਜਵਾਨ ਸੀਗਾ ਉਹ ਝੂਠੀਆਂ ਗੱਲਾਂ 'ਚ ਆ ਗਿਆ, ਉਸ ਨੇ ਕਿਸੇ ਨਾ ਕਿਸੇ ਹੱਦ ਤੱਕ ਜਿਹੜਾ 40 ਸਾਲ ਤੋਂ ਘੱਟ ਸੀਗਾ ਨਾ ਉਹ ਸਾਤੋਂ ਪਿੱਛੇ ਹਟਿਆ, ਬੜਾ ਉਹਦੇ 'ਚ ਉਹ ਹੋਇਆ ਸੀਗਾ। ਪਰ ਉਹ ਅੱਜ ਸਾਰੇ ਹੀ ਵਾਪਸ ਆ ਕੇ ਸਾਨੂੰ ਹਲਕੇ 'ਚ ਅਸੀਂ ਜਾਂਦੇ ਹਾਂ ਕਹਿ ਰਹੇ ਹਾਂ ਵੀ ਯਾਰ ਪਿਛਲੀ ਵਾਰੀ ਗਲਤੀ ਹੋ ਗਈ, ਅੱਗੇ ਨੂੰ ਨਹੀਂ ਕਰਦੇ। ਸੋ ਇਸ ਕਰਕੇ ਤੁਹਾਡੇ ਸਾਹਮਣੇ ਆ ਜਾਣਾ, ਕਿਉਂਕਿ ਜਿਹੜੀ ਹਵਾਈ ਗੱਲਾਂ ਹੋਣ, ਰੇਤ ਦੇ ਮਹਿਲ ਬਹੁਤੀ ਦੇਰ ਰਹਿੰਦੇ ਨਹੀਂ, ਇਹ ਰੇਤੇ ਦੇ ਮਹਿਲ ਸੀਗੇ ਔਰ ਇਹਨਾਂ ਨੇ ਢਹਿਣਾ ਹੀ ਢਹਿਣਾ, ਢਹਿਣਾ ਵੀ ਇਹਨਾਂ ਨੇ ਹਵਾ ਦੇ ਬੁੱਲੇ ਵਾਂਗੂ ਜਿੱਦਾਂ ਆਏ ਸੀਗੇ ਉੱਦਾਂ ਜਾਣਗੇ।
ਅੱਛਾ ਲਿਸਟ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਇੱਕ ਦੋ ਦਿਨਾਂ ਤੱਕ ਜਾਰੀ ਹੋ ਸਕਦੀ ਹੈ, ਉਹਦੇ ਵਿੱਚ ਤੁਹਾਡਾ ਵੀ ਨਾਮ ਹੋ ਸਕਦਾ? ਨਹੀਂ ਨਹੀਂ ਮੈਂ ਤਾਂ ਕਦੇ ਵੀ ਨਹੀਂ, ਮੈਂ ਤਾਂ ਜੀ ਜਿੱਥੇ ਹੈਗਾ ਬਹੁਤ ਰਾਜ਼ੀ ਹਾਂ ਅਤੇ ਅਸੀਂ ਤਾਂ ਪ੍ਰਧਾਨ ਸਾਹਿਬ ਨੂੰ ਇੰਨੇ ਸ਼ੁਕਰਗੁਜ਼ਾਰ ਬਹੁਤ ਕਰਦੇ ਹਾਂ ਵੀ ਯਾਰ ਅਸੀਂ ਮੋਹਾਲੀ ਵਰਗੇ ਸ਼ਹਿਰ ਦੀ ਅੱਜ ਸੇਵਾਦਾਰ ਦੇ ਤੌਰ 'ਤੇ ਸੇਵਾ ਕਰ ਰਹੇ ਹਾਂ, ਅਤੇ ਉਹਦੇ ਲਈ ਸਾਡੇ ਵੱਡੇ ਲੀਡਰ ਹੈਗੇ ਹੈ, ਬਹੁਤ ਸੀਨੀਅਰ ਲੀਡਰ ਸਾਡੇ, ਉਹ ਚੋਣ ਲੜਨਗੇ, ਵੱਡੀ ਚੋਣ ਹੈ, ਨੌ ਹਲਕਿਆਂ ਦੀ ਚੋਣ ਹੈ, ਵੱਡੇ ਚਿਹਰੇ ਚਾਹੀਦੇ ਹਨ, ਵੱਡੇ ਚਿਹਰੇ ਸਾਡੇ ਕੋਲ ਬਹੁਤ ਹੈ, ਸਾਡੇ ਤਾਂ ਟਿਕਟਾਂ ਪਿੱਛੇ ਲੜਾਈ ਹੋ ਰਹੀ ਹੈ ਵੀ ਮੈਨੂੰ ਦਿਓ ਮੈਨੂੰ ਦਿਓ ਵੀ, ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ 'ਚ ਔਰ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਸਾਹਮਣੇ ਹੀ ਹੈ, ਐਤਕੀ ਬੜੇ ਵਧੀਆ ਰਿਜ਼ਲਟ ਆਉਣਗੇ। ਅੱਛਾ, ਪਰ ਪਾਰਟੀ ਦੇ ਉੱਤੇ ਕਾਫੀ ਐਲੀਗੇਸ਼ਨ ਵੀ ਲੱਗੇ ਹੋਏ ਆ ਵੀ ਜਿੱਦਾਂ ਆਪਾਂ ਬੇਅਦਬੀਆਂ ਦੀ ਗੱਲ ਕਰ ਲਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗੱਲ ਕਰ ਲਈਏ, ਕਾਫੀ ਲੋਕ ਇਸ ਚੀਜ਼ ਨੂੰ ਲੈ ਕੇ ਪਾਰਟੀ ਤੋਂ ਪਿੱਛੇ ਵੀ ਹਟੇ ਆ, ਉਹਨਾਂ ਨੂੰ ਤੁਸੀਂ ਕਿਵੇਂ ਕਲੀਅਰ ਕਰੋਗੇ? ਦੇਖੋ ਇੱਕ ਮੁੱਦੇ ਹੁੰਦੇ ਆ ਚੋਣਾਂ 'ਚ, ਉਹ ਬਿਨਾਂ ਗੱਲ ਤੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੱਢ ਲਓ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸਾਡੇ ਪ੍ਰਧਾਨ ਸਾਹਿਬ ਜਿਹੜੇ ਵੀ ਅੱਜ ਤੱਕ ਬਣੇ ਉਹ ਅੰਮ੍ਰਿਤਧਾਰੀ ਬਣੇ, ਔਰ ਸਰਦਾਰ ਬਾਦਲ ਸਾਹਿਬ ਦੇ ਘਰੇ ਜੇ ਬਾਦਲ ਪਿੰਡ ਹੈ ਉੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜੇ ਚੰਡੀਗੜ੍ਹ ਘਰ ਹੈ ਤਾਂ ਉੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਜੇ ਦਿੱਲੀ ਘਰ ਹੈ ਉੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੈ, ਸ਼ਾਇਦ ਤੁਹਾਡੇ ਅਤੇ ਮੇਰੇ ਘਰ ਨਾ ਹੋਣ। ਜਿਹੜਾ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਨਤਮਸਤਕ ਹੋ ਕੇ ਸਵੇਰੇ ਲੋਕਾਂ ਨੂੰ ਜਾ ਰਿਹਾ ਯਾਰ, ਉੱਤੇ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀ, ਕਿਹਨੇ ਲਾਏ ਇਲਜ਼ਾਮ? ਇਹ ਇਲਜ਼ਾਮ ਲਾਏ ਕਿਉਂਕਿ ਸਾਡੇ ਜਿਹੜੀ ਖੇਤਰੀ ਪਾਰਟੀ ਨੂੰ ਮਾਰਨ ਦੇ ਲਈ ਸਾਰੀਆਂ ਪਾਰਟੀਆਂ ਦਾ ਏਜੰਡਾ ਇੱਕ ਹੋ ਗਿਆ ਸੀਗਾ ਵੀ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਤੋਂ ਖਤਮ ਕਰੀਏ। ਸਾਰੀਆਂ ਪਾਰਟੀਆਂ ਦਾ ਸੋਸ਼ਲ ਮੀਡੀਆ, ਭਾਵੇਂ ਆਪ ਲਾ ਲਓ, ਕਾਂਗਰਸ ਲਾ ਲਓ, ਹੋਰ ਜਿੰਨੀਆਂ ਵੀ ਪਾਰਟੀਆਂ, BJP ਲਾ ਲਓ, ਕਾਮਰੇਡ ਲਾ ਲਓ, ਸਾਰੀਆਂ ਪਾਰਟੀਆਂ ਦਾ ਇੱਕ ਟਾਰਗੇਟ ਹੋ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਨਾ ਕਿਵੇਂ ਕਮਜ਼ੋਰ ਕਰੀਏ, ਅਤੇ ਉੱਥੇ ਟਾਰਗੇਟ ਬਣਾ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ, ਕਿਉਂਕਿ ਜੇ ਕੋਈ ਕਮਜ਼ੋਰ ਪ੍ਰਧਾਨ ਹੋਇਆ ਉਹਦੀ ਬਾਂਹ ਮਰੋੜ ਸਕਦੀਆਂ ਪਾਰਟੀਆਂ। ਅੱਜ ਸਾਡੇ ਪ੍ਰਧਾਨ ਜੀ ਫੁੱਲ ਕੇ ਮੈਂ ਔਰ ਉਹਨਾਂ ਦੀ ਕੋਈ ਬਾਂਹ ਨਹੀਂ ਮਰੋੜ ਸਕਦਾ, ਉਸ ਕਾਰਨ ਇਹ ਸਾਰਾ ਸੋਸ਼ਲ ਮੀਡੀਆ 'ਤੇ ਨੈੱਟਵਰਕ ਬਣਾ ਕੇ ਇਹ ਪੰਜਾਬ ਨੂੰ ਬਦਨਾਮ ਕਰਨ ਦੇ ਲਈ, ਨਸ਼ੇ ਲਈ ਬਦਨਾਮ ਕੀਤਾ, ਅੱਜ ਨਸ਼ਾ ਦੱਸੋ ਕਿੱਥੇ ਹੈ, ਕਿਹੜੀ ਉੱਥੇ ਪਹੁੰਚ ਗਿਆ ਹੁਣ ਦੱਸੋ, ਹੁਣ ਤਾਂ ਸਰਕਾਰ ਨਹੀਂ ਸਾਡੀ, ਕਿੱਥੋਂ ਕਿੱਥੋਂ ਪਹੁੰਚ ਗਿਆ? ਅੱਜ ਲੋਕ ਨੌਜਵਾਨ ਟੀਕੇ ਲਾ ਲਾ ਕੇ ਮਰ ਰਹੇ ਆ, ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬੰਦ ਹੋ ਗਈਆਂ, ਅੱਜ ਵੀ ਹੋ ਰਹੀਆਂ, ਆ ਹੁਣ ਪਿੱਛੇ ਗੁਰੂ ਘਰ 'ਤੇ ਕਬਜ਼ਾ ਕੀਤਾ ਨਿਹੰਗ ਵਾਲੇ 'ਤੇ, ਕਿਹੜਾ ਅਕਾਲੀ ਬੁੰਗਾ ਸਿੰਘ ਜਿਹੜਾ ਉੱਥੇ ਅੰਮ੍ਰਿਤ, ਨਹੀਂ ਨਹੀਂ ਸੁਲਤਾਨਪੁਰ ਲੋਧੀ ਰਾਤੋ ਰਾਤ ਕਬਜ਼ਾ ਕੀਤਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਚੱਲ ਰਹੇ ਸੀਗੇ, ਭੰਗ ਕੀਤੇ ਗਏ, ਗੋਲੀਆਂ ਚੱਲੀਆਂ ਸਰੇਆਮ, ਠੀਕ ਹੈ ਨਾ, ਉਹ ਕੋਈ ਨਹੀਂ। ਅੱਜ ਜਿਹੜੇ ਉਹ ਸੀਗੇ ਬੜੇ ਵੀ ਇਹ ਕਹਿੰਦੇ ਸੀਗੇ ਵੀ ਅਸੀਂ ਅਸਲ ਉਹ ਹੈ ਵੀ ਅਸੀਂ ਜਿਹੜੇ ਹੈ ਗੁਰੂ ਸਾਹਿਬ ਦੇ ਅਸੀਂ ਤਰਜਮਾਨੀ ਕਰਦੇ ਹਾਂ, ਅਸੀਂ ਉਹ ਕਰਦੇ, ਕੋਈ ਬੋਲੇ ਹੀ ਨਹੀਂ, ਜਿਹੜੇ ਨੇ ਜਾ ਕੇ ਮੋਰਚੇ ਲਾਏ
ਹਾਂਜੀ ਉਹਨਾਂ ਨੇ ਮੋਰਚਾ ਕਿਉਂ ਨਹੀਂ ਲਾਇਆ ਸੁਲਤਾਨਪੁਰ ਲੋਧੀ 'ਤੇ? ਸੋ ਇਸ ਕਰਕੇ ਸਾਰਾ ਬਿਲਕੁਲ ਇੱਕ ਪਲਾਨਿੰਗ ਦੇ ਤਹਿਤ ਹੋਇਆ, ਔਰ ਅਸੀਂ ਤਾਂ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਹਾਂ, ਔਰ ਗੁਰੂ ਸਾਹਿਬ ਤੋਂ ਨੂੰ ਨਮਸਕਾਰ ਕਰਕੇ ਅਸੀਂ ਅੱਗੇ ਵਧਣ ਵਾਲੇ ਲੋਕ ਹੈ। ਆਹ ਤੁਹਾਡੇ ਸਾਹਮਣੇ ਆ ਜਾਣਾ ਗੁਰੂ ਸਾਹਿਬ ਆਪੇ, ਉਹਨਾਂ ਨੂੰ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਤੁਹਾਡੇ ਸਾਹਮਣੇ ਹੀ ਆਊਗਾ ਆਉਣ ਵਾਲੇ ਸਮੇਂ। ਠੀਕ ਹੈ। ਸੋ ਇੱਕ ਆਖਰੀ ਸਵਾਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਦੀ ਮਿਲੇ ਹੋਵੋ, ਉਹਨਾਂ ਦਾ ਕਿਵੇਂ ਦਾ ਸਹਿਚਾਰ ਸੀਗਾ ਪਾਰਟੀ ਨੂੰ ਲੈ ਕੇ, ਜਾਂ ਆਪਣੇ ਜਿੱਦਾਂ ਤੁਸੀਂ ਦੱਸਿਆ ਵੀ ਡਾਊਨ ਟੂ ਅਰਥ ਤੁਸੀਂ ਜ਼ਮੀਨੀ ਪੱਧਰ ਤੋਂ ਉੱਠ ਕੇ ਇੱਥੇ ਤੱਕ ਪਹੁੰਚੇ ਹੋ, ਉਹਨਾਂ ਦੇ ਨਾਲ ਤੁਹਾਡਾ ਕਿਵੇਂ ਦਾ ਮਿਲਣਾ? ਬਾਦਲ ਸਾਹਿਬ ਦੀ ਹੁਣ ਤੁਹਾਨੂੰ ਦੱਸਦਾ, 2010 ਦੇ ਵਿੱਚ ਮੈਂ ਸ਼੍ਰੀ ਐਨ ਕੇ ਸ਼ਰਮਾ ਜੀ ਸਾਡੀਆਂ ਸਾਰੀਆਂ ਪੰਚਾਇਤਾਂ ਨੂੰ ਲੈ ਕੇ ਅਸੀਂ ਜਿਹੜੀ ਜਿਹੜੀਆਂ ਜਿੱਦਾਂ ਬਲੌਂਗੀ, ਸੋਹਾਣਾ, ਕੁੰਬੜਾ, ਇਹ ਸਾਰੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਅਸੀਂ ਚਲੇ ਗਏ ਵੀ ਇਹ ਪਿੰਡ ਸ਼ਹਿਰ 'ਚ ਆ ਰਹੇ ਹਾਂ ਜੀ, ਇਹਨਾਂ ਦੀ ਡਿਵੈਲਪਮੈਂਟ 'ਤੇ ਕਰੋੜਾਂ ਰੁਪਈਆ ਲੱਗਣਾ, ਵੀ ਗਮਾਡਾ ਨੇ ਜ਼ਮੀਨ ਅਕੁਆਇਰ ਕਰ ਲਈ ਅਤੇ ਗਮਾਡਾ ਨੇ ਜ਼ਮੀਨ ਅਕੁਆਇਰ ਕਰ ਲਈ ਅਤੇ ਇਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਗਮਾਡਾ ਨੇ ਕਰਾਉਣੀ ਹੈ, ਔਰ ਗਮਾਡਾ ਦੇ ਚੇਅਰਮੈਨ ਸੀਗੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸੀ ਐਮ ਸਾਹਿਬ ਹੁੰਦਾ ਮੋਸਟਲੀ। ਤਾਂ ਬਾਦਲ ਸਾਹਿਬ ਨੇ ਮੀਟਿੰਗ ਬੁਲਾ ਲਈ, ਮੀਟਿੰਗ ਬੁਲਾ ਕੇ ਜੀ ਉਹਨਾਂ ਨੇ ਸੋਹਾਣਾ ਪਿੰਡ ਦੀ ਵਾਰੀ ਹੈਗੀ, ਮੈਨੂੰ ਬੁਲਾ ਲਿਆ ਅੰਦਰ, ਕਹਿੰਦੇ ਹਾਂਜੀ ਕਾਕਾ ਜੀ ਦੱਸੋ। ਮੈਂ ਕਿਹਾ ਜੀ ਵੀ ਐਂ ਤੋਂ ਐਂ ਸਾਡੀ ਇੰਨੀ ਏਕੜ ਜ਼ਮੀਨ ਸੀਗੀ, ਗਮਾਡਾ ਨੇ ਅਕੁਆਇਰ ਕਰ ਲਈ, ਵੀ ਪਿੰਡ 'ਚ ਉਹ ਹਾਲ ਹੈ ਜੀ ਵੀ ਬੜਿਆ ਨਹੀਂ ਜਾਂਦਾ, ਕੋਈ ਰਿਸ਼ਤਾ ਕਰਨ ਵੀ ਨਹੀਂ ਆਊਗਾ ਆਉਣ ਵਾਲੇ ਸਮੇਂ 'ਚ, ਇਹ ਹਾਲਾਤ ਬਣ ਗਏ। ਤਾਂ ਬਾਦ ਸਾਹਿਬ ਕਹਿੰਦੇ ਵੀ ਠੀਕ ਹੈ ਵੀ ਇਹਨੂੰ ਬਣਾਓ ਜੀ, ਪਬਲਿਕ ਹੈਲਥ ਦਾ ਜਿਹੜਾ ਸੈਕਟਰੀ ਹੈ ਉਹ ਕੋਲ ਬੈਠੇ, ਉਹਨਾਂ ਨੂੰ ਕਿਹਾ ਪਬਲਿਕ ਹੈਲਥ ਸੀਵਰੇਜ ਦਾ ਬਣਾਊਗਾ, ਨਾਲ ਦੀ ਨਾਲ ਜਿਹੜੀ ਪੰਚਾਇਤੀ ਰਾਜ ਹੈ ਉਹ ਗਲੀਆਂ ਬਣਾਏਗੀ, ਅਤੇ ਇੱਦਾਂ ਕੰਮ ਵੰਡ ਗਈ, ਸਾਰਾ ਤਿਆਰੀ ਕਰ ਲਈ ਉਸੇ ਸਮੇਂ ਵੰਡਤੇ ਮੈਂ। ਹਾਂ ਉਸੇ ਟਾਈਮ ਵੀ ਅਗਲੀ 15 ਦਿਨਾਂ ਬਾਅਦ ਰਿਵਿਊ ਮੀਟਿੰਗ ਹੋਊਗੀ ਡਿਪਟੀ ਕਮਿਸ਼ਨਰ ਮੋਹਾਲੀ ਦੀ ਅਗਵਾਈ 'ਚ, ਸੀ ਐਮ ਹਾਊਸ 'ਚ, ਵੀ ਇਹ ਸਾਰੇ ਪਿੰਡਾਂ ਦੇ ਕੰਮ ਵੰਡ ਕਰਕੇ ਲਿਆਉਣੇ ਤੁਸੀਂ, ਅਤੇ 15 ਦਿਨਾਂ ਬਾਅਦ ਮੀਟਿੰਗ ਰਿਵਿਊ ਆ ਗਈ, ਸਾਰੇ ਐਸਟੀਮੇਟ ਬਣ ਕੇ ਚਲੇ ਗਏ ਜੀ। ਤਾਂ ਸਾਡੇ ਵਿਵੇਕ ਪ੍ਰਤਾਪ ਸਿੰਘ ਸੀਗੇ ਸੀ ਏ ਗਮਾਡਾ, ਉਹ ਅੱਜ ਕੱਲ੍ਹ ਯੂਟੀ 'ਚ ਹੈ। ਤਾਂ ਉੱਥੇ ਗੱਲਬਾਤ ਸ਼ੁਰੂ ਹੋ ਗਈ, ਤਾਂ ਉਹ ਕਹਿੰਦੇ ਵੀ ਠੀਕ ਹੈ ਬਲੌਂਗੀ ਪਿੰਡ ਦਾ ਵੀ ਹੋ ਗਿਆ ਜੀ, ਕੁੰਬੜੇ ਵਾਲੇ ਵੀ ਹੋ ਗਏ, ਕਹਿੰਦੇ ਸੋਹਾਣਾ ਨਹੀਂ ਹੋ ਸਕਦਾ, ਕਹਿੰਦੇ ਜੀ ਸੋਹਾਣੇ ਦਾ ਕੰਮ ਇਸ ਕਰਕੇ ਰੁਕਿਆ ਵੀ ਉਹ ਹਾਈ ਕੋਰਟ ਨੇ ਸਟੇਅ ਕਰਿਆ ਵਾ। ਅੱਛਾ। ਸਾਡਾ 76-80 ਸੈਕਟਰ ਦਾ ਇੱਕ ਮਸਲਾ ਚੱਲਦਾ ਸੀਗਾ, 100-150 ਏਕੜ ਦੀ ਸਟੇਅ ਸੀਗੀ ਜ਼ਿਮੀਂਦਾਰਾਂ ਨੇ ਲਈ ਵੀ, ਉਸ ਕਾਰਨ ਉਹ ਸਾਰਾ ਕੰਮ ਰੁਕਿਆ ਹੋਇਆ ਸੀਗਾ ਵੀ ਨਹੀਂ ਇਹ ਕੰਮ ਨਹੀਂ ਕਰਾ ਸਕਦੇ, ਕਿਉਂ ਸੀਵਰੇਜ ਜਦੋਂ ਪੈਣਾ ਸੀਗਾ ਵਿੱਚੋਂ ਨਿਕਲਣਾ ਸੀਗਾ। ਤਾਂ ਮੈਂ ਉੱਥੇ ਖੜਾ ਹੋ ਗਿਆ ਵਿਵੇਕ ਪ੍ਰਤਾਪ ਜੀ ਕੋਲ, ਬਾਦਲ ਸਾਹਿਬ ਕੋਲ ਮੈਂ ਹੱਥ ਬੰਨ੍ਹੇ, ਮੈਂ ਕਿਹਾ, ਕਹਿੰਦੇ ਹਾਂ ਕਾਕਾ ਤੁਸੀਂ ਬੋਲੋ। ਸ਼ਰਮਾ ਜੀ ਨੇ ਕਿਹਾ ਵੀ ਇਹ ਸੋਹਾਣੇ ਪਿੰਡ ਦਾ ਸਰਪੰਚ ਹੈ ਜੀ ਪਰਮਿੰਦਰ ਸਿੰਘ, ਮੇਰੇ ਪਿਤਾ ਜੀ ਨੂੰ ਤਾਂ ਉਹ ਜਾਣਦੇ ਸੀਗੇ ਕਿਉਂਕਿ ਉਹ ਲੰਮਾ ਸਮਾਂ ਸਰਪੰਚ ਵੀ ਰਹੇ ਹੋ। ਚਲੋ ਮੈਂ ਉਹਨਾਂ ਨੂੰ ਦੱਸਿਆ, ਛੋਟੀ ਜਿਹੀ ਉਮਰ ਸੀਗੀ ਮੇਰੀ, 26 ਸਾਲ ਦੀ ਉਸ ਟਾਈਮ, 26-27 ਸਾਲ ਹੋ। ਤਾਂ ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਜੀ ਮੈਂ ਇੱਕ ਬੇਨਤੀ ਕਰਨੀ ਹੈ ਜੀ, ਵੀ ਬਿਲਕੁਲ ਸਹੀ ਕਹਿ ਰਹੇ ਹਾਂ ਸੀ ਏ ਸਾਹਿਬ, ਇਹ ਜਿਹੜੀ ਸਟੇ ਹੈ ਇਹ ਗਮਾਡਾ 'ਤੇ ਲਈ ਵੀ ਹੈ ਜ਼ਿਮੀਂਦਾਰਾਂ ਨੇ, ਪੰਚਾਇਤ 'ਤੇ ਕੋਈ ਸਟੇ ਨਹੀਂ ਹੈਗੀ। ਤਾਂ ਬਾਦਲ ਸਾਹਿਬ ਕਹਿੰਦੇ ਬਿਲਕੁਲ ਠੀਕ ਕਹਿ ਰਹੇ ਵੀ, ਮੈਂ ਕਿਹਾ ਜੀ ਪੰਚਾਇਤ ਨੂੰ ਪੈਸੇ ਦਿਓ ਸਾਨੂੰ, ਅਸੀਂ ਪਾਉਂਦੇ ਉੱਥੇ ਸੀਵਰੇਜ ਵੀ ਪਾਉਂਗੇ, ਅਸੀਂ ਗਲੀਆਂ ਬਣਾਉਂਗੇ, ਸਾਰਾ ਕੰਮ ਕਰਾ ਦਿੰਦੇ ਹਾਂ। ਤਾਂ ਬਾਦਲ ਸਾਹਿਬ ਕਹਿੰਦੇ ਵੀ ਬੜੀ ਸਿਆਣੀ ਗੱਲ ਹੈ, ਬਿਲਕੁਲ ਠੀਕ ਕਹਿ ਰਹੇ ਕਾਕਾ ਜੀ, ਕਰੋ ਸੀ ਏ ਸਾਹਿਬ। ਤਾਂ ਸੀ ਏ ਸਾਹਿਬ ਕਹਿੰਦੇ ਜੀ ਵੀ ਨਹੀਂ ਜੀ, ਇਹ ਤਾਂ ਮਨਜ਼ੂਰੀ ਲੈਣੀ ਪਊਗੀ। ਉਹ ਕਹਿੰਦੇ ਜੀ ਮਨਜ਼ੂਰੀ ਕਿਤੋਂ ਲੈਣੀ ਹੈ? ਕਹਿੰਦਾ ਜੀ ਉਹ ਸਰਕਾਰ ਤੋਂ। ਕਹਿੰਦਾ ਸਰਕਾਰ ਮੈਂ ਬੈਠੀ ਹਾਂ, ਲਿਆ ਉਹ।
ਹੁਣੀ ਲੈ ਮਨਜ਼ੂਰੀ ਪਾਕਿਸਤਾਨ ਲੈਣ ਜਾਣਾ ਬਾਦਲ ਸਾਹਿਬ ਨੇ ਉਹਨੂੰ ਕਿਹਾ ਸੀ। ਸੋ ਉਹ ਤੋਂ ਬਾਅਦ ਹੋਰ ਵੱਡੀ ਗੱਲ ਸੁਣੋ, ਤਾਂ ਉੱਥੇ ਹੀ ਜਿਹੜੇ ਡੀ ਸੀ ਸਾਹਿਬ ਨੂੰ ਕਿਹਾ ਵੀ ਡੀ ਸਾਹਿਬ ਜਿਹੜੇ ਕੰਮ ਹੈ ਇਹ ਆਪਾਂ ਕਾਕਾ ਜੀ ਤੋਂ ਨਹੀਂ ਕਰਵਾਉਣੇ, ਤੁਸੀਂ ਸਿੱਧਾ ਪੈਸਾ ਸਾਰੇ ਪੰਚਾਇਤੀ ਰਾਜ ਦਾ ਪੰਚਾਇਤੀ ਰਾਜ ਨੂੰ ਦੇ ਦਿਓ, ਪਬਲਿਕ ਹੈਲਥ ਦਾ ਪਬਲਿਕ ਹੈਲਥ ਨੂੰ ਦੇ ਦਿਓ। ਕਹਿੰਦਾ ਕੱਲ੍ਹ ਨੂੰ ਸਰਕਾਰ ਬਦਲ ਗਈ ਇਹ ਵਿਚਾਰਾ ਰਜਿਸਟਰ ਚੱਕੀ ਘੁੰਮੀ ਜਾਊ, ਦਫ਼ਤਰਾਂ ਦੇ ਗੇੜੇ ਕੱਢੀ ਜਾਊ। ਦੇਖੋ ਕਿੰਨੀ ਬੜੀ ਸੋਚ ਸੀਗੀ ਉਹਨਾਂ ਦੀ। 17 ਬਿਲਕੁਲ ਸਹੀ ਗੱਲ ਵੀ ਇਹੀ ਹੋਈ, ਜੇ ਕਿਤੇ ਕੰਮ ਮੈਂ ਕਰਵਾਉਂਦਾ ਤਾਂ ਮੇਰੀਆਂ ਇਨਕੁਆਇਰੀਆਂ ਕਰਾਈ ਜਾਣੀਆਂ ਸੀਗੀਆਂ। ਉਹ ਸਿੱਧੇ ਕੰਮ ਡਿਪਾਰਟਮੈਂਟ ਕੋਲ ਪੈਸੇ ਚਲੇ ਗਏ ਗਮਾਡਾ ਤੋਂ, ਪੰਚਾਇਤੀ ਰਾਜ ਦਾ ਪੰਚਾਇਤੀ ਰਾਜ ਨੂੰ ਚਲੇ ਗਿਆ, ਸੀਵਰੇਜ ਵਾਲਾ ਸੀਵਰੇਜ ਉਹਨੂੰ ਚਲੇ ਗਿਆ, ਅਤੇ ਪਬਲਿਕ ਹੈਲਥ ਵਾਲਾ ਪਬਲਿਕ ਹੈਲਥ ਨੂੰ ਚਲੇ ਗਿਆ। ਅਤੇ ਉਸ ਤਰ੍ਹਾਂ ਪੈਸੇ ਦੀ ਵੰਡ ਹੋ ਗਈ, ਕੰਮ ਹੋ ਗਏ, ਕੰਮ ਮੇਰੀ ਅਗਵਾਈ 'ਚ ਹੋਏ, ਪੈਸਾ ਸਿੱਧਾ ਉਹਨਾਂ ਨੂੰ ਦੇਤਾ। ਤੋ ਇਹ ਬਾਦਲ ਸਾਹਿਬ ਦੀ ਸੋਚ ਸੀਗੀ ਵੀ ਅੱਗੇ ਦਾ ਟਾਈਮ ਸੋਚ ਕੇ ਫਿਰ ਕੰਮ ਕਰਨਾ। ਮੇਰੇ ਖਿਆਲ ਨਾਲ ਵੀ ਇੱਕ ਮੈਂ ਤਾਂ ਕੁਛ ਵੀ ਨਹੀਂ ਸੀਗਾ ਜੀ, ਜੇ ਹੋਰ ਕੋਈ ਸੀ ਐਮ ਉਹ ਤਾਂ ਸ਼ਾਇਦ ਮੇਰੀ ਗੱਲੇ ਨਾ ਸੁਣਦਾ ਜਿਸ ਤਰ੍ਹਾਂ ਅੱਜ ਹੋ ਰਿਹਾ। ਅੱਜ ਦੇ ਸਮੇਂ 'ਚ ਕੋਈ ਮੰਤਰੀ ਨੂੰ ਗੱਲ ਕਹਿਣ ਚਲੇ ਜਾਓ ਮੰਤਰੀ ਨਹੀਂ ਸੁਣਦਾ, ਐਮ ਐਲ ਏ ਨਹੀਂ ਸੁਣਦਾ, ਛੱਡ ਛੱਡ ਇਹਨੂੰ ਕੀ ਪਤਾ। ਸੋ ਇਹ ਬਾਦਲ ਸਾਹਿਬ ਦੀ ਕੋਈ ਰੀਸ ਨਹੀਂ ਕਰ ਸਕਦਾ, ਉਹ ਤਾਂ ਰੱਬੀ ਰੂਹ ਸਨ ਮੇਰੇ ਖਿਆਲ ਨਾਲ। ਬਾਦਲ ਸਾਹਿਬ ਤਾਂ ਜੇ ਮੈਂ ਵੀ ਮੈਂ ਤਾਂ ਕੀ ਕਹਾਂ, ਕਿਉਂਕਿ ਮੈਂ ਤਾਂ ਨਾ ਚੀਜ਼ ਇਨਸਾਨ ਵੀ ਵੱਡੇ ਵੱਡੇ ਅੱਜ ਲੋਕ ਇਹ ਗੱਲਾਂ ਕਹਿ ਰਹੇ ਹਾਂ ਵੀ ਮੇਰੇ ਨਾਲ ਤਾਂ ਇੱਥੋਂ ਜਿਹੜੀ ਗੱਲ ਹੋਈ ਸੀਗੀ ਮੈਂ ਤੁਹਾਨੂੰ ਵੀ ਇਹ ਇਹ ਸਾਰੇ ਅਫਸਰਾਂ 'ਚ ਹੋਈ, ਕਈ ਪਿੰਡਾਂ ਦੇ ਸਰਪੰਚ ਉੱਥੇ ਮੌਜੂਦ ਸੀਗੇ। ਸੋ ਇਹ ਬਾਦਲ ਸਾਹਿਬ ਦੀ ਸੋਚ ਸੀ, ਕੋਈ ਮੁਕਾਬਲਾ ਕਰ ਨਹੀਂ ਸਕਦਾ, ਅੱਜ ਦੇ ਲੀਡਰ ਉਹਨਾਂ ਦਾ ਕਿਆ ਮੁਕਾਬਲਾ ਕਰ ਦੇਣਗੇ। ਸੋ ਬਹੁਤ ਬਹੁਤ ਸ਼ੁਕਰੀਆ ਪਰਵਿੰਦਰ ਸਿੰਘ ਸੁਹਾਣਾ ਜੀ, ਤੁਸੀਂ ਸਮਾਂ ਕੱਢਿਆ। ਸੋ ਦਰਸ਼ਕੋ, ਬਹੁਤ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਚਰਚਾ ਹੋਈ ਆ, ਪੰਜਾਬ ਦੇ ਮੁੱਦੇ ਵਿਚਾਰੇ ਗਏ ਨੇ ਲੋਕ ਸਭਾ ਚੋਣਾਂ ਦੇ ਵਿੱਚ, ਅਕਾਲੀ ਦਲ ਦਾ ਕੀ ਸਟੈਂਡ ਆ ਉਹ ਵੀ ਉਸਦਾ ਖੁਲਾਸਾ ਜਿਹੜਾ ਪਰਵਿੰਦਰ ਸਿੰਘ ਸੁਹਾਣਾ ਦੇ ਵੱਲੋਂ ਕੀਤਾ ਗਿਆ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਿਸਟ ਵੀ ਜਿਹੜੀ ਉਮੀਦਵਾਰਾਂ ਦੀ ਉਹ ਜਲਦ ਜਾਰੀ ਹੋ ਜਾਵੇਗੀ। ਸੋ ਇਸ ਤਰੀਕੇ ਦੀਆਂ ਹੋਰ ਅਪਡੇਟ ਦੇਖਣ ਵਾਸਤੇ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਪੰਜਾਬ ਡਾਇਰੀ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ। ਬਹੁਤ ਬਹੁਤ ਧੰਨਵਾਦ।